ਅਜੇ ਕੰਮ ਟੀ ਵੀ ਦੇ ਦਰਸ਼ਕੋ, ਤੁਸੀਂ ਵੇਖਿਆ ਕਿ ਅੱਜ ਕੱਲ੍ਹ ਵਿਦਿਆਰਥੀ ਨੂੰ ਬਾਹਰ ਜਾਣ ਦੀ ਹੋੜ ਲੱਗੀ ਹੋਈ ਹੈ। ਬਾਹਰ ਕਿਉਂ ਜਾਂਦੇ ਆ ਉਹ? ਹਾਲਾਂਕਿ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਕੰਮ ਆ, ਪਰ ਇਸ ਚੀਜ਼ ਪ੍ਰਤੀ ਉਹ ਬਿਲਕੁਲ ਜਾਣਦੇ ਨੇ। ਉਹਨਾਂ ਨੂੰ ਇੰਨੀ ਨੌਲੇਜ ਨਹੀਂ ਹੈਗੀ ਕਿ ਸਾਡੇ ਦੇਸ਼ ਦੇ ਵਿੱਚ ਕਿਹੜੇ ਕਿਹੜੇ ਕੰਮ ਹੈ ਜੋ ਅਸੀਂ ਸਿੱਖਣ ਵਾਲੇ ਕੰਮ ਹੈ, ਜਿੰਨਾ ਸਿੱਖ ਕੇ ਪ੍ਰੈਕਟੀਕਲ ਵਰਕ ਸਿੱਖ ਕੇ ਤਾਂ ਆਪਾਂ ਇਸ ਦੇਸ਼ ਦੇ ਵਿੱਚ ਹੀ ਆਪਣਾ ਵਧੀਆ ਰੋਜ਼ੀ ਪਾਣੀ ਕਮਾ ਸਕਦੇ ਹਾਂ, ਆਪਣੇ ਪਰਿਵਾਰ ਦੇ ਰਹਿ ਸਕਦੇ ਹਾਂ। ਪਰ ਉਹ ਆਪਣੇ ਮਾਂ ਪਿਓ ਸਭ ਭੈਣ ਭਰਾਵਾਂ ਛੱਡ ਕੇ ਬਾਹਰ ਜਾਂਦੇ ਆ। ਉਹਦਾ ਕਾਰਨ ਕੀ ਆ? ਅੱਜ ਇੱਕ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੈਕਟੀਕਲ ਜੋ ਤੁਸੀਂ ਸਾਹਮਣੇ ਪਿੱਛੇ ਵੇਖ ਰਹੇ ਸਟੂਡੈਂਟ ਬੈਠੇ ਆ, ਔਰ ਇਹ ਪ੍ਰੈਕਟੀਕਲ ਸਟੱਡੀ ਆ ਜਿਹੜੀ ਕਿ ਉਹ ਕਰਦੇ ਨੇ, ਇੱਕ ਕੋਰਸ ਆ। ਤਾਂ ਉਹ ਕੋਰਸ ਇਹ ਧੰਦਾ ਕੋਰਸ ਹੁੰਦਾ ਜਿਹਨੂੰ ਆਪਾਂ ਕਿੱਤਾ ਸਿੱਖ ਕੇ ਉਸ ਤੋਂ ਬਾਅਦ ਆਪਣਾ ਕੰਮ ਅਸੀਂ ਆਪ ਕਰ ਸਕਦੇ ਹਾਂ ਔਰ ਵਧੀਆ ਪੈਸਾ ਕਮਾ ਸਕਦੇ ਹਾਂ, ਨਾ ਕਿ ਅਸੀਂ ਛੋਟੇ ਮੋਟੇ ਦੇਸ਼ਾਂ ਬਾਹਰ ਜਾ ਕੇ ਅਤੇ ਆਪਣੇ ਮਾਂ ਪਿਓ ਦੂਰ ਵੀ ਜਾਂਦੇ ਹਾਂ ਅਤੇ ਉਹ ਆਮਦਨ ਵੀ ਓਨੀ ਨਹੀਂ ਹੁੰਦੀ। ਹਾਲੇ ਕਿ ਸਾਡੇ ਰੋਟੀ ਪਾਣੀ ਦੇ ਖਰਚੇ ਪਾ ਕੇ ਇੱਥੋਂ ਨਾਲੋਂ ਘੱਟ ਸਾਨੂੰ ਪੈਸੇ ਬਚਦੇ ਆ, ਪਰ ਬਹੁਤ ਘੱਟ ਵਿਦਿਆਰਥੀ ਸੋਚਦੇ ਆ। ਸੋ ਅਸੀਂ ਯੂਨੀਵਰਸਿਟੀ ਦੇ ਵਿੱਚ ਬੈਠੇ ਹਾਂ, ਕਲਾਸਾਂ ਲੱਗੀਆਂ, ਔਰ ਮੈਮ ਨਾਲ ਗੱਲ ਕਰ ਰਹੀ ਹਾਂ। ਸਤਿ ਸ਼੍ਰੀ ਅਕਾਲ। ਮੈਂ ਸਭ ਤੋਂ ਪਹਿਲਾਂ ਸਾਨੂੰ ਦੱਸੋ ਜੋ ਅੱਜ ਇਹ ਬੱਚਿਆਂ ਨੂੰ ਕਰਵਾਇਆ ਜਾ ਰਿਹਾ, ਕੀ ਕਰਵਾਇਆ ਜਾ ਰਿਹਾ? ਸਰ, ਅਸੀਂ ਕ੍ਰਿਸ਼ੀ ਵਿਗਿਆਨ ਕੇਂਦਰ ਦਾ ਆਫਿਸ ਹੈਗਾ, ਯੂਨੀਵਰਸਿਟੀ ਦੇ ਥੱਲੇ ਅਸੀਂ ਕੰਮ ਕਰਦੇ ਹੈਗੇ ਹਾਂ, ਔਰ ਇਹ ਕਿੱਤਾ ਮੁਖੀ ਵੋਕੇਸ਼ਨਲ ਟ੍ਰੇਨਿੰਗ ਜਿਹਨੂੰ ਆਪਾਂ ਕਹਿੰਦੇ ਹਾਂ, ਵੋਕੇਸ਼ਨਲ ਟ੍ਰੇਨਿੰਗ ਹੈਗੀ ਹੈ ਬੀ ਕੀਪਿੰਗ 'ਤੇ, ਹਨੀ ਬੀ ਕੀਪਿੰਗ ਦੇ ਉੱਪਰ ਇਹ ਟ੍ਰੇਨਿੰਗ ਹੈਗੀ ਹੈ, ਜਿਹਦੇ ਵਿੱਚ ਅਸੀਂ ਬੱਚਿਆਂ ਨੂੰ ਟ੍ਰੇਨ ਕਰ ਰਹੇ ਹਾਂ ਕਿ ਅਸੀਂ ਮਧੂਮੱਖੀ ਪਾਲਣ ਕਿੱਦਾਂ ਕਰ ਸਕਦੇ ਹਾਂ ਔਰ ਬਹੁਤ ਹੀ ਘੱਟ ਖਰਚਾ ਲਗਾ ਕੇ ਆਪਣੀ ਆਮਦਨ ਕਿੱਦਾਂ ਵਧਾ ਸਕਦੇ ਹਾਂ। ਸੋ ਸਭ ਤੋਂ ਪਹਿਲਾਂ ਇਹ ਹੁਣ ਗੱਲ ਕਲੀਅਰ ਹੋ ਗਈ ਕਿ ਇਹ ਮਧੂਮੱਖੀ ਪਾਲਣ ਦਾ ਜੋ ਸਾਹਮਣੇ ਪ੍ਰੈਕਟੀਕਲ ਲੱਗਾ ਸੀ, ਮਧੂਮੱਖੀ ਪਾਲਣ ਦੀ ਜੋ ਪੰਜਾਬੀ, ਉਹ ਤੁਹਾਨੂੰ ਇਹ ਪਤਾ ਲੱਗਣਾ ਚਾਹੀਦਾ ਕਿ ਮਧੂਮੱਖੀ ਜੇ ਇੱਕ ਬਹੁਤ ਵਧੀਆ ਕਿੱਤਾ ਜੇ ਆਪਾਂ ਜੇ ਸ਼ਹਿਦ ਆਪਣਾ ਆਪ ਬਣਾਈਏ। ਅੱਜ ਕੱਲ੍ਹ ਵੇਖ ਰਿਹਾ ਤੁਸੀਂ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਪੋਸਟਾਂ ਵਾਇਰਲ ਹੋ ਰਹੀਆਂ ਪੂਰੇ ਇੰਡੀਆ ਦੇ ਵਿੱਚ ਹੀ ਕਿ ਜੋ ਨਕਲੀ ਉਹ ਛੱਜੇ ਉਹਨਾਂ ਬੜੇ ਪੁਰਾਣੇ ਲਾ ਕੇ ਬਾਲਟੀਆਂ ਦੇ ਵਿੱਚ ਰੱਖੇ ਹੁੰਦੇ ਆ, ਔਰ ਉਹਨਾਂ ਨੇ ਜੋ ਜਿੱਥੇ ਜਲੇਬੀਆਂ ਵਿਕਦੀਆਂ, ਜਿਹਨਾਂ ਨੂੰ ਕਹਿੰਦੇ ਅਸੀਂ ਇੱਕ ਦੇਸੀ ਬੋਲੀ ਜਿਹੀ ਬੋਲਦੇ ਹਾਂ, ਉਹ ਜਲੇਬੀਆਂ ਵਿਕਦੀਆਂ ਅਤੇ ਜਿਹੜੇ ਉਹਨਾਂ ਦਾ ਜਿਸ ਉਹ ਰਸ 'ਚ ਖੰਡ ਦੇ ਰਸ 'ਚ ਉਹ ਚਾਣੀ ਬੋਲਦੇ ਆਪਾਂ ਪੰਜਾਬੀ ਦੇ ਵਿੱਚ ਉਹਨੂੰ, ਔਰ ਉਹ ਚਾਣੀ ਜਿਹੜੀ ਆ ਉਹ ਪਾ ਲੈਂਦੇ ਆ ਵਿੱਚ ਛੱਜਾ ਰੱਖ ਲੈਂਦੇ, ਬਹੁਤ ਪੁਰਾਣਾ, ਅਤੇ ਲੋਕਾਂ ਨੂੰ ਕਹਿੰਦੇ ਕਿ ਤੁਹਾਨੂੰ ਅਸੀਂ ਅਸਲੀ ਸ਼ਹਿਦ ਵੇਚ ਰਹੇ ਹਾਂ। ਤਾਂ ਉਹ ਸਭ ਤੋਂ ਵੱਡੀ ਗੱਲ ਹੈ ਕਿ ਇਸ ਦੇਸ਼ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਸਿਹਤ ਨਾਲ ਬਹੁਤ ਵੱਡਾ ਖਿਲਵਾੜ ਹੋ ਰਿਹਾ, ਅਸੀਂ ਇਹਨਾਂ ਚੀਜ਼ਾਂ ਦਾ ਕਦੀ ਖਿਆਲ ਨਹੀਂ ਰੱਖਦੇ। ਸੋ ਇਸੇ ਚੀਜ਼ਾਂ ਖਿਆਲ ਰੱਖਦੇ ਫਿਰ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਿ ਮੈਮ ਇਹਦੇ ਵਾਸਤੇ ਕੀ ਵਿਧੀਆਂ ਨੇ ਇਹਨਾਂ ਵਿਦਿਆਰਥੀਆਂ ਲਈ, ਇਹਨਾਂ ਲਈ ਕੀ ਇਹਨਾਂ ਦੀ ਡਿਗਰੀ ਹੋਣੀ ਕੋਈ ਜ਼ਰੂਰੀ ਹੈ ਜਾਂ ਪੜ੍ਹਾਈ, ਸਾਨੂੰ ਇਹ ਥੋੜ੍ਹਾ ਜਿਹਾ ਦੱਸੋ ਪਹਿਲਾਂ। ਸਰ, ਜਿਵੇਂ ਸਾਡੇ ਕੋਲ ਟ੍ਰੇਨਿੰਗ ਲੈਣ ਵਾਸਤੇ ਕੋਈ ਵਿੱਦਿਅਕ ਤੁਹਾਡੇ ਕੋਲ ਪੜ੍ਹਾਈ ਨਹੀਂ ਜ਼ਰੂਰੀ ਹੈਗੀ, ਤੁਸੀਂ ਜੇ ਬਿਲਕੁਲ ਪੜ੍ਹੇ ਲਿਖੇ ਨਹੀਂ ਹੈਗੇ ਤਾਂ ਵੀ ਤੁਸੀਂ ਇਹ ਟ੍ਰੇਨਿੰਗ ਕਰ ਸਕਦੇ ਹੋ, ਕਿਉਂਕਿ ਸਾਡੀ ਟ੍ਰੇਨਿੰਗ ਬਿਲਕੁਲ ਪ੍ਰੈਕਟੀਕਲ ਕਰਵਾਈ ਜਾਂਦੀ ਹੈ ਔਰ ਪੰਜਾਬੀ 'ਚ ਪੜ੍ਹਾਇਆ ਜਾਂਦਾ ਪੰਜਾਬੀ। ਤਾਂ ਜਿਹੜਾ ਬੰਦਾ ਵਾਈ ਕਰਦਾ ਹੈਗਾ ਜਾਂ ਕੋਈ ਸਹਾਇਕ ਕੀਤਾ ਕੋਈ ਵੀ ਕੰਮ ਨਾਲ ਕਰਦਾ ਹੈਗਾ, ਉਹ ਸਾਡੇ ਕੋਲ ਆ ਸਕਦਾ ਹੈਗਾ, ਉਮਰ ਦਾ ਵੀ ਕੋਈ ਗੱਲ ਨਹੀਂ ਹੈਗੀ, ਕੋਈ ਕਿਸੇ ਵੀ ਉਮਰ ਦਾ ਬੰਦਾ, ਕਿਸੇ ਵੀ ਏਜ ਦਾ ਬੰਦਾ, ਭਾਵੇਂ ਭੈਣਜੀਆਂ ਆ ਸਕਦੀਆਂ, ਭਾਵੇਂ ਫਾਰਮਰਸ ਆ ਸਕਦੇ ਆ, ਸੋ ਸਾਰੇ ਕੋਈ ਸਾਡੇ ਕੋਲ ਆ ਕੇ ਸਿੱਖ ਸਕਦੇ ਆ, ਕੋਈ ਪੜ੍ਹਾਈ ਦੀ ਜ਼ਰੂਰਤ ਵੀ ਨਹੀਂ ਹੈਗੀ। ਮੇਲ ਫੀਮੇਲ ਵੀ ਆ ਸਕਦੇ ਆ, ਕੋਈ ਇਹਦੀ ਪੜ੍ਹਾਈ ਜਾਂ ਉਮਰ ਦਾ ਕੋਈ ਇਹਦੇ ਵਿੱਚ ਨਹੀਂ ਹੱਦ ਬੰਨਣਾ ਹੈਗਾ ਕਿ ਜੇ ਇੰਨੀ ਉਮਰ ਹੋਣੀ ਚਾਹੀਦੀ, ਉਹ 25 ਸਾਲ ਤੋਂ ਛੋਟਾ ਹੋਣਾ ਚਾਹੀਦਾ ਜਾਂ 50 ਸਾਲ, ਇਹ ਸਾਰਾ ਕੁਛ ਨਹੀਂ ਹੈਗਾ। ਜਿਨ੍ਹਾਂ ਨੇ ਵੀ ਸਿੱਖਣਾ ਹੋਵੇ ਇਹ ਗੌਰਮੈਂਟ ਅਦਾਰਿਆਂ ਦੇ ਵਿੱਚ ਜੋ ਇਹਨਾਂ ਤੁਹਾਡੇ ਵਾਸਤੇ ਸਹੂਲਤਾਂ ਹੁੰਦੀਆਂ ਜਿਹੜੀ ਗੱਲਬਾਤ ਕਰ ਰਹੇ ਹਾਂ। ਸੋ ਮੈਮ, ਸਭ ਤੋਂ ਪਹਿਲਾਂ ਫਿਰ ਇਹਨਾਂ ਨੂੰ ਕਿਸ ਤਰ੍ਹਾਂ ਸਟੱਡੀ ਕਰਵਾਉਂਦੇ ਹਾਂ? ਸਰ, ਅਸੀਂ ਪਹਿਲੇ ਸਾਰੀ ਥਿਊਰੀ ਇਹਨਾਂ ਨੂੰ ਖਤਮ ਕਰਵਾਉਂਦੇ ਹਾਂ, ਸਾਡੇ ਕੋਲ ਪ੍ਰੈਕਟੀਕਲ ਮੈਨੂਅਲ ਹੈਗੇ ਆ ਬੀ ਕੀਪਿੰਗ ਦੇ ਉੱਤੇ, ਫਿਰ ਇਹਨਾਂ ਨੂੰ ਸਾਰੀ ਥਿਊਰੀ ਕਰਾ ਕੇ ਫਿਰ ਸਾਡੇ ਕੋਲ ਡੱਬੇ ਰੱਖੇ ਹੋਏ ਨੇ ਬਾਹਰ, ਉਹ ਖੋਲ੍ਹ ਕੇ ਇਹਨਾਂ ਨੂੰ ਆਪ ਕਰਕੇ ਦਿਖਾਉਂਦੇ ਹਾਂ ਕਿ ਕਿੱਦਾਂ ਤੁਸੀਂ ਮੱਖੀਆਂ ਦੀ ਸਾਂਭ ਸੰਭਾਲ ਕਰਨੀ ਹੈਗੀ ਹੈ। ਫਿਰ ਅਸੀਂ ਜਿਹੜੇ ਸਾਡੇ ਇੱਥੇ ਡਿਸਟ੍ਰਿਕਟ ਦੇ ਬੜੇ ਵਧੀਆ ਬੀ ਕੀਪਰ ਜਿਹੜੇ ਕੰਮ ਕਰ ਰਹੇ ਆ, ਅਸੀਂ ਬੱਸ 'ਚ ਇਹਨਾਂ ਨੂੰ ਟੂਰ 'ਤੇ ਲੈ ਕੇ ਜਾਂਦੇ ਹਾਂ ਔਰ ਉਹਨਾਂ ਬੀ ਕੀਪਰਸ ਤੋਂ ਲੈਕਚਰ ਦਿਵਾਉਂਦੇ ਹਾਂ, ਉਹਨਾਂ ਦੇ ਡੱਬੇ ਹੈਂਡਲ ਕਰਵਾ ਕੇ ਦਿਖਾਉਂਦੇ ਹਾਂ ਕਿ ਤੁਸੀਂ ਦੇਖੋ ਕਿ ਆਹ ਕੰਮ ਕੋਈ ਇੰਨਾ ਔਖਾ ਨਹੀਂ ਹੈਗਾ, ਥੋੜ੍ਹਾ ਜਿਹਾ ਤੁਸੀਂ ਇਨਵੈਸਟ ਕਰਕੇ ਇਹਦੇ ਨਾਲ ਤੁਸੀਂ ਆਪਣਾ ਕੰਮ ਜਿਹੜਾ ਹੈਗਾ ਅੱਗੇ ਵਧਾ ਸਕਦੇ ਹੋ। ਜ਼ਿਆਦਾ ਮੈਮ ਡਰਦੇ ਨਾ, ਇਸੇ ਤਰ੍ਹਾਂ ਅੱਜਕੱਲ੍ਹ ਜੋ ਵਿਦਿਆਰਥੀ ਵੀ ਆ ਜਾਂ ਪੇਰੈਂਟਸ ਵੀ ਆ, ਉਹ ਕੋਈ ਕੰਮ ਸ਼ੁਰੂ ਨਹੀਂ ਕਰਦੇ, ਉਹ ਖਰਚਿਆਂ ਤੋਂ ਡਰ ਜਾਂਦੇ ਵੀ ਸ਼ਾਇਦ ਬਹੁਤ ਜ਼ਿਆਦਾ ਮਹਿੰਗਾ ਖਰਚਾ ਲੱਗਦਾ ਆ, ਤਾਂ ਉਹ ਕੰਮ ਸ਼ੁਰੂ ਕਰਦੇ ਨੇ, ਸਾਨੂੰ ਸ਼ਾਇਦ ਬੈਂਕਾਂ ਤੋਂ ਨਾ ਸਹੂਲਤ ਮਿਲੇ ਨਾ ਉਹ ਕਰਜ਼ਾ ਨਾ ਮਿਲੇ, ਇਹਨਾਂ ਚੀਜ਼ਾਂ ਕਰਕੇ, ਤਾਂ ਉਹਦਾ ਖਰਚਾ ਕਿੰਨਾ ਕੁ ਲੱਗਦਾ ਜੋ ਸਟਾਰਟ ਕਰਦੇ? ਜੇ ਤੁਸੀਂ ਇੱਕ ਡੱਬਾ ਪਾਉਂਦੇ ਹੈਗੇ ਹੋ ਤਾਂ ਤਕਰੀਬਨ 3000 ਦਾ ਖਰਚਾ ਆਉਂਦਾ,
ਜੀ ਔਰ ਜੇ ਤੁਸੀਂ 5 ਡੱਬਿਆਂ ਤੋਂ ਸ਼ੁਰੂ ਕਰਦੇ ਹੋ ਤਾਂ ਤੁਸੀਂ ਦੇਖ ਲਓ 15,000 ਦਾ ਖਰਚਾ, ਔਰ ਉਹਦੇ ਵਿੱਚ ਵੀ ਅਸੀਂ ਉਹ ਲੈਕਚਰ ਵੀ ਕਰਾਉਂਦੇ ਹਾਂ ਬੈਂਕ ਵਾਲਿਆਂ ਦੇ ਅਤੇ ਹਾਰਟੀਕਲਚਰ ਬਾਗਬਾਨੀ ਮਹਿਕਮੇ ਵਾਲਿਆਂ ਦੇ, ਕਿਉਂਕਿ ਡੱਬਿਆਂ ਦੇ ਉੱਪਰ ਕੰਮ ਕਰਨ ਵਾਲਿਆਂ ਨੂੰ ਸਬਸਿਡੀ ਵੀ ਬੜੀ ਮਿਲਦੀ ਹੈਗੀ ਹੈ। ਜੀ ਸੋ ਉਹ ਸਾਰੀ ਸਹੂਲਤ ਵੀ ਅਸੀਂ ਇੱਥੇ ਹੀ ਇਹਨਾਂ ਨੂੰ ਮੁਹੱਈਆ ਕਰਾਉਂਦੇ ਹਾਂ, ਔਰ ਇਹਨਾਂ ਨੂੰ ਸਾਰੀ ਨੌਲੇਜ ਦਵਾਉਂਦੇ ਹਾਂ ਕਿ ਤੁਸੀਂ ਸਾਡੇ ਕੋਲ ਸਰਟੀਫਿਕੇਟ ਲੈ ਲੈਂਦੇ ਹੋ ਯੂਨੀਵਰਸਿਟੀ ਦਾ ਜੀ, ਅਤੇ ਉਹਦੇ ਬੇਸ 'ਤੇ ਤੁਸੀਂ ਸਬਸਿਡਾਈਜ਼ਡ ਬੈਂਕ ਤੋਂ ਲੋਨ ਵੀ ਲੈ ਸਕਦੇ ਹੋ ਅਤੇ ਸਰਕਾਰੀ ਬਾਗਬਾਨੀ ਮਹਿਕਮੇ ਤੋਂ ਸਬਸਿਡੀ ਲੈ ਕੇ ਵੀ ਮੱਖੀਆਂ ਦਾ ਕੰਮ ਸ਼ੁਰੂ ਕਰ ਸਕਦੇ। ਮੇਰਾ ਬੈਂਕਾਂ ਦਾ ਤੁਸੀਂ ਲੋਨ ਦੀ ਗੱਲ ਕੀਤੀ, ਬੈਂਕਾਂ ਦੇ ਵਿੱਚ ਬਹੁਤ ਕੰਮ ਕਰਵਾਉਣਾ ਔਖਾ ਹੋ ਗਿਆ ਅੱਜ ਕੱਲ੍ਹ, ਕਿਉਂਕਿ ਤੁਹਾਨੂੰ ਪਤਾ ਹਰ ਬੰਦਾ ਵੀ ਇੰਡੀਆ ਦੇ ਵਿੱਚ ਸਿਸਟਮ ਇਹ ਹੋ ਗਿਆ ਕੁਛ ਨਾ ਕੁਛ ਲੈ ਦੇ ਕੇ ਫਿਰ ਹੀ ਬੈਂਕਾਂ 'ਚ ਕੰਮ ਹੁੰਦਾ, ਕਿ ਉਹਦੇ ਉਹਦੇ ਇਸ ਕੰਮ ਦੇ ਵਿੱਚ ਅਦਾਰਾ ਆਪਣਾ ਕੋਈ ਇਹਨਾਂ ਵਾਸਤੇ ਮਦਦ ਕਰਦਾ। ਹਾਂਜੀ, ਜਿਹੜੇ ਰੂਰਲ ਬੈਂਕਸ ਹੈ ਨਾ, ਉਹਨਾਂ ਨੂੰ ਕੰਪਲਸਰੀ ਹੈਗਾ ਕਿ ਤੁਸੀਂ ਐਪਲੀਕੇਸ਼ਨ ਟ੍ਰੇਨਿੰਗਸ ਵਾਸਤੇ ਸਹਾਇਕ ਕਿੱਤਿਆਂ ਵਾਸਤੇ ਜ਼ਰੂਰ ਇੰਨਾ ਲੋਨ ਦੇਣਾ ਹੀ ਦੇਣਾ ਹੈਗਾ, ਪ੍ਰੋਵਾਈਡਡ ਉਹ ਬੰਦੇ ਨੇ ਟ੍ਰੇਨਿੰਗ ਲਿੱਤੀ ਹੋਵੇ, ਉਹਦੇ ਕੋਲ ਬਕਾਇਦਾ ਇੱਕ ਸਰਟੀਫਿਕੇਟ ਹੋਵੇ। ਜੇ ਸਰਟੀਫਿਕੇਟ ਹੈਗਾ ਤਾਂ ਬੜੇ ਆਰਾਮ ਨਾਲ ਇਹਨਾਂ ਨੂੰ ਰੂਰਲ ਬੈਂਕ ਦੇ ਵਿੱਚੋਂ, ਨਬਾਰਡ ਦੇ ਵਿੱਚੋਂ, ਆਤਮਾ ਦੇ ਵਿੱਚੋਂ, ਸਾਰਿਆਂ ਵਿੱਚੋਂ ਲੋਨ ਮਿਲ ਸਕਦੇ ਹੈਗੇ ਨੇ, ਇਹਨੂੰ ਕੋਈ ਤੰਗੀ ਨਹੀਂ ਆਊਗੀ, ਕੋਈ ਤੰਗੀ ਨਹੀਂ ਆਏਗੀ, ਪਰ ਟ੍ਰੇਨਿੰਗ ਪੂਰੀ ਹੋਣੀ ਚਾਹੀਦੀ ਹੈ, ਹਾਜ਼ਰੀ ਪੂਰੀ ਹੋਵੇ ਅਤੇ ਇਹਨਾਂ ਨੇ ਸਰਟੀਫਿਕੇਟ ਲਿੱਤੇ ਹੋਣ। ਮੈਮ, ਇੱਕ ਸਾਲ ਦੇ ਇਹਦਾ ਕੋਈ ਸੈਸ਼ਨ ਇਹਦਾ ਹੁੰਦਾ ਹੈ? ਹਾਂਜੀ, ਅਸੀਂ ਸਾਲ 'ਚ ਮਧੂਮੱਖੀ ਪਾਲਣ ਦੀ 2 ਵਾਰੀ ਟ੍ਰੇਨਿੰਗ ਲਗਾਉਂਦੇ ਹਾਂ, ਔਰ ਤਕਰੀਬਨ ਅਸੀਂ 2-2 ਹਫ਼ਤਿਆਂ ਦੀ ਟ੍ਰੇਨਿੰਗ ਲਗਾ ਕੇ ਇਹਨਾਂ ਨੂੰ ਪੂਰੀ ਤਰ੍ਹਾਂ ਟ੍ਰੇਨ ਕਰਕੇ ਸਰਟੀਫਿਕੇਟ ਦਿੰਦੇ ਹਾਂ। ਇਹ 2 ਹਫ਼ਤੇ ਟ੍ਰੇਨਿੰਗ ਹੈ? ਹਾਂਜੀ, ਇਹ ਪ੍ਰੈਕਟੀਕਲ ਸਟੱਡੀ ਨਾਲ ਹੁੰਦੀ, ਨਾਲ ਸਟੱਡੀ ਨਾਲ ਟੂਰ, ਥਿਊਰੀ ਹੈਗੀ ਨਾਲ, ਥਿਊਰੀ ਪ੍ਰੈਕਟੀਕਲ ਨਾਲ ਟੂਰ ਐਕਸਪੋਜ਼ਰ ਵਿਜ਼ਿਟ, ਥਿਊਰੀ ਨਾਲ ਜੋ ਬਕਾਇਦਾ ਇਹਨਾਂ ਨੂੰ ਬੁੱਕਸ 'ਤੇ ਲਿਖਣਾ ਪੈਂਦਾ ਹੈ। ਹਾਂਜੀ, ਅਸੀਂ ਸਾਡੇ ਕੋਲ ਮਧੂਮੱਖੀ ਪਾਲਣ ਦੇ ਮੈਨੂਅਲਸ, ਉਹ ਵੀ ਇਹਨਾਂ ਨੂੰ ਅਸੀਂ ਪ੍ਰੋਵਾਈਡ ਕਰਦੇ ਹਾਂ। ਸੋ ਤੁਸੀਂ ਵੇਖ ਰਹੇ ਹੋ ਪੰਜਾਬੀਓ ਵੀਰਿਓ ਕਿ ਇਹ ਕੋਈ ਬਹੁਤਾ ਵੱਡਾ ਪੀਰੀਅਡ ਨਹੀਂ ਗਾ ਇਹ ਹੈਗਾ ਜਿਹੜਾ ਕਿ ਆਖੀਏ ਵੀ ਸਾਡਾ ਬੜਾ ਖਰਚਾ ਹੋਣਾ ਸਾਡੀ, ਇਹ ਤਾਂ ਕਿਸੇ ਉਮਰ 'ਚ ਵੀ ਕਿਸੇ ਵੇਲੇ ਬੰਦਾ 15 ਦਿਨ ਜਿਹੜੇ ਉਹ ਕੱਢ ਕੇ ਇਹ ਜਿਹੜੀ ਹੈ ਟ੍ਰੇਨਿੰਗ ਲੈ ਸਕਦਾ ਆ, ਬਕਾਇਦਾ ਉਹ ਲਿਖਣ ਪੁਆਇੰਟ ਜੇ ਲਿਖਣ ਦਾ ਵੀ ਤਾਂ ਸਮਝ ਵੀ ਸਕਦਾ ਆ, ਔਰ ਇਹ ਟ੍ਰੇਨਿੰਗ ਲੈ ਕੇ ਉਹ ਆਪਣਾ ਕਿੱਤਾ ਵੇਖੋ ਰੁਜ਼ਗਾਰ ਕਿੱਡਾ ਵਧੀਆ ਚਲਾ ਸਕਦਾ ਆ। ਹਾਲਾਂਕਿ ਅਸੀਂ ਅੱਜ ਕੱਲ੍ਹ ਪੂਰੇ ਪੰਜਾਬ ਦੇ ਵਿੱਚ ਵੇਖੋ, ਪੂਰੇ ਪੰਜਾਬ ਕੀ ਪੂਰੇ ਦੇਸ਼ ਦੇ ਵਿੱਚ ਵੇਖੋ ਕਿ ਅਸੀਂ ਜੋ ਏਜੰਟਾਂ ਥਰੂ ਲੁੱਟੇ ਜਾ ਰਹੇ ਹਾਂ, ਲੱਖਾਂ ਕਰੋੜ ਰੁਪਏ ਰੋਜ਼ ਅਸੀਂ ਪੜ੍ਹਦੇ ਹਾਂ ਉਹ ਏਜੰਟ ਇੰਨੇ ਪੈਸੇ ਲੈ ਕੇ ਫਰਾਰ, ਜਾਂ ਉਹਨੇ ਬੰਦੇ ਕਿਸੇ ਹੋਰ ਦੇਸ਼ ਲਾ ਤੇ, ਕਈ ਇੱਥੋਂ ਤੱਕ ਕੋਈ ਮਜ਼ਾਕ ਵੀ ਹੁੰਦਾ ਕਿ ਆਪਣੇ ਬੰਦੇ ਜਿਹੜੇ ਬਹੁਤ ਭੋਲੇ ਤਾਂ ਉਹਨਾਂ ਨੂੰ ਆਪਣੇ ਦੇਸ਼ ਦੇ ਵਿੱਚ ਜੰਮੂ ਕਸ਼ਮੀਰ ਕਿਤੇ ਉੱਥੇ ਏਅਰਪੋਰਟ 'ਤੇ ਲਾ ਆਉਂਦੇ ਤਾਂ ਉੱਥੇ ਜਦੋਂ ਭਾਅ ਪੁੱਛਦੇ ਚਾਹ ਦਾ ਵੇਖਦੇ ਵੀ ਪੰਜਾਬੀਆਂ ਦਾ ਵਾਲਾ ਭਾਅ ਹੈ, ਤਾਂ ਕਹਿੰਦੇ ਵੀ ਤੁਸੀਂ ਪੰਜਾਬ 'ਚ ਜੇ ਜਾਂ ਜੰਮੂ ਕਸ਼ਮੀਰ ਜੇ, ਉਹ ਇਹ ਸਾਰੀ ਗੱਲਾਂ ਸੋਚਣ ਵਾਲੀਆਂ ਹੈ ਕਿ ਸਾਨੂੰ ਇਹਨਾਂ ਚੀਜ਼ਾਂ ਬਾਰੇ ਨੌਲੇਜ ਅਸਲ 'ਚ ਹੈ ਨਹੀਂ ਗੀ, ਅਸੀਂ ਇਹਨਾਂ ਚੀਜ਼ਾਂ ਨੂੰ ਅਸੀਂ ਮਤਲਬ ਇਹਨਾਂ ਕੰਮਾਂ ਵੱਲ ਜਾਂਦੇ ਨਹੀਂ ਅਸਲ, ਜਿਹੜੇ ਪੰਜਾਬੀਆਂ 'ਚ ਸਾਡੀ ਆਦਤ ਹੋ ਗਈ ਆ, ਅਸੀਂ ਸਭ ਤੋਂ ਸਾਡੀ ਇੱਕ ਆਦਤ ਹੈ ਕਿ ਅਸੀਂ ਹਾਰਡਵਰਕ ਨੂੰ ਬਹੁਤ ਪੈਂਦੇ ਹਾਂ ਕਿ ਹਾਰਡਵਰਕ ਆਪ ਕਰ ਲਾਂਗੇ, ਬਾਹਰ ਜਾ ਕੇ ਵੀ ਵੇਖੋ ਨਾ, ਬਾਹਰ ਜਾ ਕੇ ਵੀ ਪੰਜਾਬੀ ਵੀਰੋ ਅਸੀਂ ਉੱਥੇ ਵੀ ਇਕੱਲਾ ਇਕੱਲਾ ਬੰਦਾ 500,000 2,000 ਡੰਗਰ ਸਾਂਭ ਰਿਹਾ, ਅਤੇ ਉੱਥੇ ਉਹ ਕਿੰਨਾ ਵੱਡੀ, ਇੱਥੇ ਆਪਣੇ ਘਰ 2-4 ਡੰਗਰ ਹੈ, 10ਵੀਂ ਪੜ੍ਹਿਆ ਮੁੰਡਾ ਕਹਿੰਦਾ ਮੈਂ ਰੱਸਾ ਨਹੀਂ ਖੋਲ੍ਹਣਾ ਅਤੇ ਮੈਂ ਨਹੀਂ ਬਣ ਸਕਦਾ, ਮੈਂ ਪੜ੍ਹੇ ਲਿਖੇ, ਮੈਂ ਤਾਂ ਬਾਹਰ ਹੀ ਜਾਣਾ ਆ। ਸੋ ਇਹਨਾਂ ਕਿੱਤਿਆਂ ਦੇ ਨਾਲ ਅਸੀਂ ਵੇਖੋ ਜੇ ਆਪਾਂ ਸੰਬੰਧ ਰਾਜੇ ਇਹਨਾਂ ਕਿੱਤਿਆਂ ਵੱਲ ਧਿਆਨ ਦੇਵਾਂਗੇ ਅਤੇ ਅਸੀਂ ਘਰ ਬੈਠੇ ਹੀ ਇੱਕ ਇਹ ਪਾਰਟ ਟਾਈਮ ਵਾਲਾ ਕੰਮ ਹੈ, ਯਾਨੀ ਕਿ ਹੋ ਸਕਦਾ ਨਾਲ ਤੁਸੀਂ ਇੱਕ ਸਾਈਡ ਬਿਜ਼ਨਸ ਹੈ, ਬਹੁਤ ਵਧੀਆ, ਤੁਸੀਂ ਕੋਈ ਵੀ ਕੰਮ ਕਰਦੇ ਸਾਈਡ 'ਤੇ ਇਹ ਵੀ ਕੰਮ ਨਾਲ ਕਰ ਸਕਦੇ ਹੋ। ਮੈਮ, ਇਹਦੇ ਬਾਰੇ ਹੋਰ ਕੋਈ ਜਾਣਕਾਰੀ ਜਿਹੜੀ ਤੁਸੀਂ ਦੱਸਣੀ ਹੋਵੇ? ਬਸ ਮੈਂ ਇਹੀ ਕਹਾਂਗੀ ਕਿ ਜੇ ਆਪਣਾ ਰੂਰਲ ਯੂਥ ਜਿਹੜਾ ਹੈਗਾ ਇੱਥੇ ਸਹਾਇਕ ਧੰਦੇ ਅਪਣਾਵੇ, ਬੀ ਕੀਪਿੰਗ ਹੈਗੀ ਹੈ, ਮਸ਼ਰੂਮ ਫਾਰਮਿੰਗ ਹੈ, ਡੇਅਰੀ ਹੈ, ਪੋਟਰੀ ਹੈ, ਪਿਗਰੀ ਹੈ, ਔਰ ਨਾਲ ਥੋੜ੍ਹੀ ਵਾਈ ਵੱਲ ਵੀ ਧਿਆਨ ਦੇਵੇ, ਉਹਨੂੰ ਵੀ ਥੋੜ੍ਹਾ ਪ੍ਰੋਫਿਟੇਬਲ ਕਵੇ, ਬਹੀ ਖਾਤਾ ਰੱਖਣਾ ਸ਼ੁਰੂ ਕਰੇ, ਅਤੇ ਆਪਣੇ ਪੰਜਾਬ ਦੇ ਵਿੱਚ ਵੀ ਹਾਲਾਤ ਜੇ ਅਸੀਂ ਮਿਹਨਤ ਉਹੀ ਇੱਥੇ ਕਰੀਏ ਤਾਂ ਸੁਧਰ ਸਕਦੇ ਹੈਗੇ। ਸੋ ਤੁਸੀਂ ਵੇਖਿਆ ਹੈ ਕਿ ਜੇ ਅਸੀਂ ਬਾਹਰ ਜਾਂਦੇ ਹਾਂ ਤਾਂ ਬਾਹਰ ਦੇ ਲੋਕਾਂ ਨੂੰ ਵੇਖਦੇ ਹਾਂ ਕਿ ਉਹ ਕਿੰਨਾ ਕੰਮ ਕਰਦੇ ਆ, ਕਦੀ ਵੀ ਉਹ ਸੰਡੇ ਕਿਉਂ, ਮਤਲਬ ਸੰਡੇ ਨੂੰ ਕਹਿੰਦੇ ਵੀ ਉਹ ਵੀਕਐਂਡ ਮਨਾ ਰਹੇ, ਵੀਕਐਂਡ ਕਿਉਂ ਮਨਾ ਰਹੇ, ਕਿਉਂਕਿ ਉਹ ਬੇਹੱਦ ਉਹ ਕੰਮ ਕਰਦੇ, ਕਦੀ ਵਿਹਲੇ ਨਹੀਂ ਦਿੰਦੇ। ਔਰ ਇੱਥੇ ਅਸੀਂ ਵੇਖਿਆ ਕਿ ਪੰਜਾਬ ਦੇ ਵਿੱਚ ਚੌਂਕਾਂ ਦੇ ਵਿੱਚ ਆਮ ਸੱਥਾਂ ਦੇ ਵਿੱਚ ਲੋਕ ਸਾਰਾ ਦਿਨ ਵਿਹਲੇ ਹੀ ਬੈਠਦੇ ਆ, ਬਹੁਤ ਘੱਟ ਕੰਮ ਕਰਦੇ ਆ, ਜੇ ਕਣਕ ਬੀਜਦੀ ਤਾਂ ਮੁੜ ਕੇ 6 ਮਹੀਨੇ ਉਹ ਵਿਹਲੇ ਹੀ ਰਹਿੰਦੇ ਆ। ਪਰ ਜੇ ਇਹਦੇ ਨਾਲ ਆਪਾਂ ਨੂੰ ਜੇ ਆਪਾਂ ਸਾਈਡ ਬਿਜ਼ਨਸ ਨਾਲ ਕਰਾਂਗੇ, ਜੋ ਮੈਂ ਦੱਸਿਆ ਫਿਸ਼ਰੀ ਆ, ਉਸ ਤੋਂ ਇਲਾਵਾ ਫਿਸ਼ਰੀ ਆ, ਇਹ ਹੈਗੀ ਆ ਮਧੂਮੱਖੀ ਪਾਲਣ ਹੈ, ਜਾਂ ਹੋਰ ਧੰਦੇ ਆ, ਡੇਅਰੀ ਆ, ਇਸ ਤਰ੍ਹਾਂ ਦੇ ਜੇ ਧੰਦੇ ਆਪਾਂ ਨਾਲ ਲਵਾਂਗੇ ਸਾਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਂਦੀ। ਆਪਾਂ ਮੈਂ ਉਹਨਾਂ ਦੇ ਨਾਲ ਨਾਲ ਪ੍ਰੈਕਟੀਕਲ ਆਪਾਂ ਜਿਹੜੀਆਂ ਗੱਲਾਂ ਔਰ ਪ੍ਰੈਕਟੀਕਲ ਸਟੱਡੀ ਵੀ ਥੋੜ੍ਹੀ ਬਹੁਤ ਵੇਖਣ ਦੀ ਗੱਲ ਕਰਦੇ ਹਾਂ, ਔਰ ਤੁਹਾਨੂੰ ਥੋੜ੍ਹਾ ਜਿਹਾ ਪ੍ਰੈਕਟੀਕਲ ਸਟੱਡੀ ਲੈ ਕੇ ਚੱਲਦੇ ਹਾਂ। ਸੀਜ਼ਨਲ ਹੈਗਾ, ਜਿਵੇਂ ਹੁਣ ਆਹ ਵਾਲਾ ਸੀਜ਼ਨ ਜਿਹੜਾ ਹੈਗਾ, ਇਸ 'ਚ ਸਾਡੇ ਕੋਲ
ਕਿਹੜੇ ਕਿਹੜੇ ਫੁੱਲ ਚੱਲਦੇ ਪਏ ਆ? ਬਾਗਾਂ ਦੇ ਫੁੱਲ ਚੱਲਦੇ ਪਏ ਆ, ਨਾਖਾਂ ਹੈਗੀਆਂ ਨੇ, ਲੂਚਾ ਹੈਗਾ, ਆੜੂ ਹੈਗਾ, ਠੀਕ ਹੈ, ਇਹਨਾਂ ਫਸਲਾਂ 'ਤੇ ਕੰਮ ਕਰਦੀ ਹੈ। ਫਿਰ ਤੁਹਾਡਾ ਸਫੇਦਾ ਚੱਲ ਪੈਂਦਾ ਅਪ੍ਰੈਲ ਦੇ ਵਿੱਚ, ਸਫੇਦੇ 'ਤੇ ਵੀ ਮੱਖੀ ਬਹੁਤ ਜ਼ਿਆਦਾ ਕੰਮ ਕਰਦੀ ਹੈ। ਸੋ ਉਸ ਤੋਂ ਬਾਅਦ ਅੱਗੇ ਚੱਲਦਾ ਹੈਗਾ ਤੁਹਾਡੇ ਕੋਲ ਤੁਹਾਡੇ ਪੱਠੇ ਚਾਰੇ, ਹੈ ਨਾ, ਬਰਸੀਮ 'ਤੇ ਮੱਖੀ ਬਹੁਤ ਕੰਮ ਕਰਦੀ ਹੈ, ਲੂਸਨ ਹੈਗਾ, ਸ਼ਫਤਲ ਹੈਗਾ, ਤੁਹਾਨੂੰ ਕੁਛ ਕਰੋਪਸ ਦਿਖਾਉਣੀ ਹੈ ਜਿਨ੍ਹਾਂ 'ਤੇ ਜਿਹੜੀ ਮੱਖੀ ਹੈਗੀ ਹੈ ਉਹ ਕੰਮ ਕਰਦੀ ਹੈ। ਨੈਕਸਟ ਤੁਸੀਂ ਦੇਖੋ ਅੱਗੇ ਜਿਹੜੇ ਫਲਾਵਰਸ ਹੈ ਉਹਨਾਂ 'ਚ ਫੁੱਲ ਦੇ ਨਾਲ ਨਾਲ ਹੋਰ ਵੀ ਬੜਾ ਕੁਛ ਆਉਂਦਾ ਹੈਗਾ ਸਾਡੇ ਕੋਲ, ਪਰਾਗ ਅਤੇ ਨੈਕਟਰ ਦੋਨੋਂ ਚੀਜ਼ਾਂ ਆਪਾਂ ਕਵਰ ਕਰਦੇ ਹਾਂ। ਨੈਕਸਟ, ਸੋ ਆਹ ਕੁਛ ਫਸਲਾਂ ਹੈਗੀਆਂ ਜਿਨ੍ਹਾਂ 'ਤੇ ਮੱਖੀ ਕੰਮ ਕਰਦੀ ਹੈਗੀ ਹੈ। ਸੋ ਇਹ ਸਾਰੀਆਂ ਤੁਹਾਨੂੰ ਦੱਸ ਦਿੰਦੀ ਹਾਂ, ਅੱਗੇ ਦਿਖਾ ਦਿੰਦੀ ਹਾਂ ਤੁਹਾਨੂੰ, ਤਾਂ ਕਿ ਦਿਖਾ ਕੇ ਤੁਹਾਨੂੰ ਪਛਾਣ ਹੋ ਜਾਏ ਕਿ ਕਿਹੜੀ ਕਿਹੜੀ ਫਸਲ ਹੈ ਜਿਸ 'ਤੇ ਮੱਖੀ ਕੰਮ ਕਰਦੀ ਹੈ। ਅੱਗੇ ਚਲੋ, ਸੋ ਫਰੂਟ ਟ੍ਰੀਜ਼ ਹੈਗੇ ਨੇ, ਆਹ ਦੇਖੋ ਆਹ ਤੁਹਾਡੇ ਐਂਟੀਗੋਨਾ ਹੈਗੇ ਜਿਹੜੇ ਸਾਡੇ ਆ, ਬੋਗਨ ਮਿਲੀਆ ਹੈਗਾ, ਇਸ 'ਤੇ ਮੱਖੀ ਕੰਮ ਕਰਦੀ ਹੈ। ਆਹ ਜਿਹੜੀ ਫਸਲ ਹੈਗੀ ਹੈ ਚੈਰੀਜ਼ ਹੈਗੀ ਹੈ, ਇਹਨਾਂ 'ਤੇ ਕੰਮ ਕਰਦੀ ਹੈ। ਅੱਗੇ ਚਲੋ ਸੂਰਜਮੁਖੀ 'ਤੇ ਮੱਖੀ ਬਹੁਤ ਕੰਮ ਕਰਦੀ ਹੈ, ਅੱਗੇ ਆਪਣੇ ਇਲਾਕੇ 'ਚ ਬੜਾ ਸੂਰਜਮੁਖੀ ਹੁੰਦਾ ਸੀ ਪਰ ਹੁਣ ਘੱਟ ਗਿਆ ਹੈਗਾ। ਫਿਰ ਤੁਹਾਡਾ ਸੈਫਰਨ ਹੈਗਾ, ਕਸ਼ਮੀਰ ਦਾ ਜਿਹੜਾ ਜ਼ਿਆਦਾਤਰ ਆਉਂਦਾ ਨਾ ਸ਼ਾਇਦ, ਉਹ ਸਾਰਾ ਸੈਫਰਨ ਤੋਂ ਆਉਂਦਾ ਹੈਗਾ। ਜਿਹੜਾ ਤੁਹਾਡਾ ਕੇਸਰ ਹੈਗਾ ਇਹਦੇ 'ਤੇ ਮੱਖੀ ਬਹੁਤ ਕੰਮ ਕਰਦੀ ਹੈ। ਹੁਣ ਆਹ ਦੇਖੋ ਤੁਹਾਡਾ ਜਾਮੁਨ, ਜਾਮੁਨ ਦੇ ਬੂਟੇ ਹੁੰਦੇ ਸੀਗੇ ਪਹਿਲੇ ਬਹੁਤ, ਹੁਣ ਵੀ ਹੈਗੇ ਆ, ਜਾਮੁਨਾਂ 'ਤੇ ਵੀ ਮੱਖੀ ਜਿਹੜੀ ਹੈਗੀ ਹੈ ਬਹੁਤ ਜ਼ਿਆਦਾ ਨੈਕਟਰ ਇਕੱਠਾ ਕਰਦੀ ਹੈ, ਔਰ ਉਸ ਤੋਂ ਪਰਾਗ ਵੀ ਆਉਂਦਾ ਅਤੇ ਨੈਕਟਰ ਵੀ ਆਉਂਦਾ। ਅੱਗੇ ਚਲੋ ਆਹ ਸ਼ੀਸ਼ਮ ਹੈ, ਦਿਲਬਰਜੀਆ ਸਿੱਸੂ ਜਿਹਨੂੰ ਆਪਾਂ ਟਾਲੀ ਕਹਿੰਦੇ ਹੈਗੇ ਹਾਂ, ਟਾਲੀ 'ਤੇ ਵੀ ਮੱਖੀ ਕੰਮ ਕਰਦੀ ਹੈ। ਅੱਗੇ ਚਲੋ, ਸੋ ਆਹ ਦੇਖੋ ਅੰਬ ਦੇ, ਅੰਬਾਂ ਦੇ ਬੂਰ ਪੈ ਜਾਣਾ ਹੁਣ ਫਰਵਰੀ ਮਾਰਚ ਦੇ ਵਿੱਚ, ਇਹਦੇ ਉੱਤੇ ਵੀ ਮੱਖੀ ਨੇ ਬਹੁਤ ਜ਼ਿਆਦਾ ਕੰਮ ਕਰਨਾ ਹੈਗਾ। ਸੋ ਬਹੁਤ ਸਾਰੇ ਫਲ ਅਤੇ ਫਸਲਾਂ ਹੈਗੀਆਂ ਜਿਨ੍ਹਾਂ ਦੇ ਉੱਪਰ ਮੱਖੀ ਕੰਮ ਕਰਦੀ ਹੈਗੀ ਹੈ। ਬੇਰ ਦਾ ਬੂਟਾ ਹੈਗਾ, ਅੱਗੇ ਚਲੋ ਤੁਸੀਂ ਬੇਰ ਦੇ ਬੂਟੇ ਦੇ ਉੱਪਰ ਵੀ ਮੱਖੀ ਕੰਮ ਕਰ ਰਹੀ ਹੈਗੀ ਹੈ। ਬੇਰ ਤੋਂ ਬਾਅਦ ਫਿਰ ਤੁਹਾਡੇ ਕੋਲ ਅੱਗੇ ਆ ਜਾਓ ਐਸਟਰ ਫਲਾਵਰਸ ਹੈਗੇ ਆ। ਅੱਗੇ ਚਲੋ ਆਹ ਲੈਮਨ ਬਾਮ ਹੈ, ਛੋਟਾ ਛੋਟਾ ਜਿਹਾ ਬੂਟਾ ਹੁੰਦਾ, ਵੀਡ ਹੁੰਦਾ, ਜਿਵੇਂ ਬਿੱਲੀ ਬੂਟੀ ਹੈਗੀ ਹੈ, ਮੱਖੀ ਉਹਦੇ 'ਤੇ ਵੀ ਕੰਮ ਕਰਦੀ ਹੈ। ਫਿਰ ਤੁਸੀਂ ਜਾਓ, ਤੁਸੀਂ ਪਲਾਹ ਹੈਗਾ, ਤੁਸੀਂ ਪਹਾੜਾਂ ਵੱਲ ਚੜ੍ਹਨਾ ਸ਼ੁਰੂ ਹੋ ਜਾਓ ਅਤੇ ਪੀਲੇ ਪੀਲੇ ਫੁੱਲ ਲੱਗੇ ਹੁੰਦੇ ਨੇ, ਉਹ ਬਹੁਤ ਵੀਡ ਹੈ ਜਿਹੜਾ ਸਾਡੇ ਉੱਥੇ ਕੰਮ ਕਰਦਾ ਹੈਗਾ, ਪਹਾੜਾਂ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ, ਉਹਦੇ ਉੱਪਰ ਵੀ ਜਿਹੜੀ ਮੱਖੀ ਹੈ ਬਹੁਤ ਕੰਮ ਕਰਦੀ ਹੈ। ਤੁਹਾਨੂੰ ਆਈਡੀਆ ਵੀ ਨਹੀਂ ਹੁੰਦਾ ਅਤੇ ਮੱਖੀ ਕਿਤੋਂ ਕਿਤੋਂ ਸ਼ਾਇਦ, ਬਿੱਲੀ ਬੂਟੀ ਦੇ ਫੁੱਲ ਕਿੰਨੇ ਹੁੰਦੇ, ਨੀਲੇ ਨੀਲੇ ਨਿੱਕੇ ਨਿੱਕੇ, ਠੀਕ ਹੈ, ਉਹਦੇ ਉੱਪਰ ਵੀ ਮੱਖੀ ਕਿੰਨਾ ਕੰਮ ਕਰਦੀ ਹੈ, ਔਰ ਉਸਦੇ ਉੱਪਰੋਂ ਵੀ ਉਹ ਪਰਾਗ ਅਤੇ ਨੈਕਟਰ ਇਕੱਠਾ ਕਰਕੇ ਲਿਆਉਂਦੀ ਹੈ। ਪਰਪਲ ਕੋਰਨਫਲਾਵਰ ਹੈਗਾ, ਆਹ ਦੇਖੋ ਮੱਖੀ ਇਸ 'ਤੇ ਕੰਮ ਕਰ ਰਹੀ ਹੈ। ਆਹ ਬਟਰਫਲਾਈ ਬੁਸ਼ ਹੈਗੇ ਆ, ਸਾਡੇ ਪਹਾੜਾਂ ਦੇ ਵਿੱਚ ਬਹੁਤ ਜ਼ਿਆਦਾ ਫਲਾਵਰਸ ਹੁੰਦੇ ਆ। ਅੱਗੇ ਚਲੋ ਸਨਫਲਾਵਰ ਮੈਂ ਤੁਹਾਨੂੰ ਦੱਸ ਹੀ ਦਿੱਤਾ। ਸੋ ਕਹਿਣ ਦਾ ਮਤਲਬ ਹੈ ਕਿ ਪੂਰਾ ਸਾਲ ਸਾਡੇ ਕੋਲ ਜਿਹੜੇ ਫੁੱਲ ਫਲਾਕਾ ਹੈਗਾ, ਮੱਖੀ ਆਪਣੇ ਆਪ ਉਹਨਾਂ ਤੋਂ ਪਰਾਗ ਇਕੱਠਾ ਕਰਕੇ, ਪੋਲਨ ਇਕੱਠਾ ਕਰਕੇ, ਨੈਕਟਰ ਇਕੱਠਾ ਕਰਕੇ ਸ਼ਹਿਦ ਪਾ ਦਿੰਦੀ ਹੈ। ਤੁਹਾਨੂੰ ਉਹਨਾਂ ਨੂੰ ਫਸਲ ਦੇਣ ਦੀ ਜ਼ਰੂਰਤ ਨਹੀਂ ਹੈਗੀ, ਭਾਵੇਂ ਤੁਹਾਡੀਆਂ ਨਹਿਰਾਂ ਦੇ ਕੰਢੇ, ਖਾਲਾਂ ਦੇ ਕੰਢੇ, ਤੁਹਾਡੇ ਕਿਤੇ ਵੀ ਜਾਂ ਥਾਵਾਂ ਹੈਗੀਆਂ ਜਿੱਥੇ ਕੋਈ ਵੀ ਵੀਡ ਉੱਗਿਆ ਉਹਨੂੰ ਫਲਾਵਰ ਹੈਗਾ, ਮੱਖੀ ਨੇ ਆਪਣੇ ਆਪ ਉੱਥੋਂ ਡੱਬੇ ਵਾਸਤੇ ਸ਼ਹਿਦ ਇਕੱਠਾ ਕਰਕੇ ਲਿਆਉਣਾ, ਆਪਣੇ ਵਾਸਤੇ ਤਾਂ ਰੱਖਣਾ ਰੱਖਣਾ ਬੱਚਿਆਂ ਵਾਸਤੇ, ਉਹਨੇ ਤੁਹਾਡੇ ਖਾਣ ਵਾਸਤੇ ਵੀ ਇਕੱਠਾ ਕਰ ਲੈਣਾ, ਕਿਉਂਕਿ ਮੱਖੀ ਆਪਣੀ ਲੋੜ ਨਾਲੋਂ ਕਈ ਗੁਣਾ ਵੱਧ ਸ਼ਹਿਦ ਇਕੱਠਾ ਕਰਦੀ ਹੈ, ਕਈ ਗੁਣਾ ਵੱਧ ਇਕੱਠਾ ਸ਼ਹਿਦ ਕਰਦੀ। ਆਪਾਂ ਵੱਧ ਵਾਲਾ ਸ਼ਹਿਦ ਲੈ ਲੈਣਾ, ਉਹਦੇ ਖਾਣ ਵਾਸਤੇ ਇੱਕ ਫਰੇਮ ਆਪਾਂ ਵਿੱਚ ਰਹਿਣ ਦੇਣਾ। ਸੋ ਮੱਖੀ ਆਟੋਮੈਟਿਕਲੀ ਕੰਮ ਕਰੀ ਜਾਏਗੀ, ਤੁਹਾਨੂੰ ਉਹਦੇ ਵਾਸਤੇ ਫਸਲਾਂ ਫੁਸਲਾਂ ਦੇਣ ਦੀ ਵੀ ਲੋੜ ਨਹੀਂ ਹੈਗੀ। ਜੇ ਫਿਰ ਵੀ ਦਿੱਕਤ ਆਉਂਦੀ ਹੈ ਤਾਂ ਤੁਸੀਂ ਡੱਬੇ ਉੱਥੇ ਜਾ ਕੇ ਰੱਖ ਸਕਦੇ ਹੋ ਜਿੱਥੇ ਮੱਖੀ, ਜਿੱਥੇ ਫੁੱਲ ਹੈਗੇ ਆ, ਜਿਵੇਂ ਅੱਜ ਕੱਲ੍ਹ ਗੋਭੀ, ਸਰੋਂ, ਤੋਰੀਆ, ਸਾਰੇ ਖਿਲੇ ਹੋਏ ਆ ਫੁੱਲ, ਉੱਥੇ ਜਾ ਕੇ ਤੁਸੀਂ ਡੱਬਾ ਰੱਖ ਦਿਓ। ਬਸ ਇੱਕ ਗੱਲ ਦਾ ਧਿਆਨ ਰੱਖਣਾ ਪੈਂਦਾ ਕਿ ਉੱਥੇ ਸਪਰੇ ਨਾ ਕਰੇ ਕੋਈ ਫਲਾਵਰਸ, ਕਿਉਂਕਿ ਸਪਰੇ ਕਰਤਾ ਤਾਂ ਮੱਖੀ ਜਿਹੜੀ ਸਾਡੀ ਤੁਹਾਡੀ ਹੈਗੀ ਉਹ ਸਾਰੀ ਖਤਮ ਹੋ ਸਕਦੀ ਹੈ। ਅੱਗੇ ਤੁਹਾਨੂੰ ਮੈਂ ਹੋਰ ਕ੍ਰੋਪਸ ਦਿਖਾਉਂਦੀ ਹਾਂ। ਪੁੱਛੀ ਅੱਛਾ ਮੈਡਮ, ਜਿਸ ਤਰ੍ਹਾਂ ਗੁਲਾਬ ਆ, ਜੇ ਕਿਸੇ ਕੋਲ ਖੇਤ ਆ ਉਹ ਆਪਣਾ ਕਿੱਲਾ ਜਾਂ ਅੱਧਾ ਕਿੱਲਾ ਗੁਲਾਬ ਦਾ ਵੀ ਖੇਤ ਲਾ ਸਕਦਾ, ਜਾਂ ਜਿਵੇਂ ਹੁਣ ਆਮ ਬੂਟੇ ਵਾਲੇ ਫੁੱਲ ਆ ਉਹ ਲੋਕ ਲਾਉਂਦੇ ਆ, ਕਈਆਂ ਨੇ ਕਨਾਲ ਕਨਾਲ ਦੋ ਦੋ ਕਨਾਲ ਲਾਏ ਹੁੰਦੇ ਆ, ਉਹਨਾਂ ਤੋਂ ਵੀ ਕੁਛ ਮਿਲਦੀ ਹੈ ਇਹਨਾਂ ਨੂੰ ਖੁਰਾਕ ਜਾਂ ਨਹੀਂ? ਆ ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ। ਜਿਹੜੇ ਆ ਔਰਨਾਮੈਂਟਲ ਫਲਾਵਰ ਹੈ ਜਿਵੇਂ ਗੁਲਾਬ ਹੋ ਗਿਆ, ਗੇਂਦਾ ਹੋ ਗਿਆ, ਜਾਂ ਜਿਹੜੇ ਆਪਾਂ ਜਰਬੇਰਾ ਵਗੈਰਾ ਲਗਾਉਂਦੇ ਹੈਗੇ ਆ ਘਰਾਂ 'ਚ, ਤਾਂ ਥੋੜ੍ਹੇ ਗਮਲੇ ਲੱਗੇ ਹੁੰਦੇ ਆ, ਉਸ 'ਚੋਂ ਪਰਾਗ ਅਤੇ ਨੈਕਟਰ ਆਉਣਾ ਔਖਾ ਹੈਗਾ। ਲੇਕਿਨ ਜੇ ਤੁਸੀਂ ਫੁੱਲਾਂ ਦੀ ਕਾਸ਼ਤ ਕਰਦੇ ਹੋ, ਅੱਧਾ ਕਿੱਲਾ, ਕਨਾਲ, ਕਿੱਲਾ, ਜੇ ਤੁਸੀਂ ਗੁਲਾਬਾਂ ਦਾ ਬੀਜਿਆ ਜਾਂ ਤੁਸੀਂ ਗੇਂਦਾ ਲਗਾਇਆ ਜਾਂ ਹੋਰ ਕੋਈ ਔਰਨਾਮੈਂਟਲ ਫਲਾਵਰ ਲਗਾਏ, ਹਾਂ ਉਸ ਤੋਂ ਵੀ ਸ਼ਹਿਦ ਇਕੱਠਾ ਹੋ ਸਕਦਾ ਤੁਹਾਡਾ, ਔਰ ਉਹ ਬਹੁਤ ਵਧੀਆ ਸ਼ਹਿਦ ਇਕੱਠਾ ਹੋਏਗਾ ਤੁਹਾਡਾ।
ਠੀਕ ਆ ਆਹ ਸ਼ੀਟ ਹੈ ਜਿਹਨੂੰ ਆਪਾਂ ਫੋਮ ਫਾਊਂਡੇਸ਼ਨ ਸ਼ੀਟ ਕਹਿੰਦੇ ਹੈਗੇ ਹਾਂ। ਸੋ ਇਹਦੇ ਉੱਪਰ ਮੋਮ ਦੀ ਸ਼ੀਟ ਬਣੀ ਬਣਾਈ ਆਉਂਦੀ ਹੈ, ਠੀਕ ਹੈ, 300 ਰੁਪਏ ਕਿਲੋ ਆਉਂਦੀ ਹੈ ਸ਼ੀਟਾਂ। ਇਹ ਤੁਸੀਂ ਸ਼ੀਟ ਲਗਾ ਕੇ ਦੇਣੀ ਹੈ। ਹੁਣ ਇਹਨੂੰ ਧਿਆਨ 'ਚ ਦੇਖੋ ਅਤੇ ਦੋਨੋਂ ਪਾਸੇ ਮੱਖੀ ਨੇ ਜਿਹੜਾ ਛੱਤਾ ਹੈਗਾ ਬਣਾ ਦੇਣਾ। ਆਹ ਦੇਖੋ ਉੱਪਰ ਛੱਤਾ ਬਣਿਆ ਹੋਇਆ। ਸੈੱਲ ਦਾ ਸਾਈਜ਼ ਦੇਖੋ, ਇਹ ਸਾਡੇ ਮੱਖੀ ਦੇ ਇੱਕ ਸਟੈਂਡਰਡ ਸਾਈਜ਼ ਹੈ। ਇਹਦੇ ਵਿੱਚ ਹੀ ਮੱਖੀ ਨੇ ਅੰਡਾ ਪਾਉਣਾ, ਇਹੀ ਸੈੱਲ ਦੇ ਵਿੱਚ ਮੱਖੀ ਨੇ ਬਰੂਡ ਪਾਉਣਾ, ਆਪਣੇ ਬੱਚੇ ਪਾਉਣੇ ਹੈ। ਇਹਦੇ ਵਿੱਚ ਹੀ ਉਹਨੇ ਪਰਾਗ ਪਾਉਣਾ, ਇਹਦੇ 'ਚ ਉਹਨੇ ਹਨੀ ਤਿਆਰ ਕਰਨਾ, ਠੀਕ ਹੈ। ਸੋਨੂੰ ਜਿਹੜਾ ਛੱਤਾ ਹੈਗਾ ਸੈੱਲ ਹੈ ਜਿਹੜਾ ਆਪਾਂ ਸ਼ੀਟ ਲਾ ਕੇ ਦਿੰਦੇ ਹਾਂ ਉਹਨੂੰ, ਆਹ ਸ਼ੀਟ ਦੇ ਉੱਪਰ ਸੈੱਲ ਆਲਰੇਡੀ ਬਣੇ ਹੁੰਦੇ ਨੇ ਤਾਂ ਕਿ ਮੱਖੀ ਨੂੰ ਪਰੇਸ਼ਾਨੀ ਨਾ ਹੋਵੇ। ਇਹਦੇ ਉੱਪਰ ਹੀ ਉਹਨੇ ਛੱਤਾ ਰੇਜ਼ ਕਰ ਦੇਣਾ, ਉਹ ਦੇਖੋ ਉਹਦੇ ਉੱਪਰ ਛੱਤਾ ਰੇਜ਼ ਕਰ ਲਿਆ ਹੋਇਆ। ਇਹਦੇ ਵਿੱਚ ਹੀ ਉਹਨੇ ਆਂਡੇ ਪਾਉਣੇ। ਹੁਣ ਤੁਸੀਂ ਇਹ ਦੇਖੋ ਛੱਤੇ ਨੂੰ ਫੜਨ ਵਾਸਤੇ, ਆਹ ਫੜੋ ਚੱਲੋ, ਆਹ ਛੱਤੇ ਨੂੰ ਫੜਨ ਵਾਸਤੇ ਦੋਨੋਂ ਪਾਸੇ ਆ ਬੋਰਡ ਥੋੜ੍ਹਾ ਵਧਾਇਆ ਹੁੰਦਾ ਤਾਂ ਕਿ ਤੁਸੀਂ ਇਹਨੂੰ ਹੈਂਡਲ ਕਰ ਸਕੋ। ਜਦੋਂ ਦੋਨੋਂ ਪਾਸੇ ਦੇਖਣਾ ਤੁਸੀਂ ਇਹਨੂੰ ਇੱਦਾਂ ਘੁਮਾ ਕੇ ਦੋਨੋਂ ਪਾਸੇ ਦੇਖ ਸਕਦੇ ਹੋ, ਦੇਖ ਸਕਦੇ ਹੋ ਅੰਡੇ ਕਿੱਥੇ ਪਏ ਹੈ, ਬਰੂਡ ਕਿੱਥੇ ਪਿਆ। ਜਿਹੜਾ ਸ਼ਹਿਦ ਹੈਗਾ ਜ਼ਿਆਦਾਤਰ ਉਹ ਉੱਪਰ ਵਾਲੇ ਸੈੱਲਾਂ 'ਚ ਪੈਂਦਾ, ਇੱਥੇ ਉੱਪਰ ਵਾਲੇ ਸੈੱਲਾਂ 'ਚ ਹੋਏਗਾ। ਜਿਵੇਂ 10 ਫਰੇਮ 'ਤੇ ਡੱਬਾ ਹੈਗਾ ਤਾਂ ਆਖਰੀ ਜਿਹੜੇ ਦੋ ਦੋ ਫਰੇਮ ਹੈ ਵਿਚਕਾਰ ਉਹ ਬੱਚੇ ਪਾਉਂਦੀ ਹੈ, ਆਖਰੀ ਜਿਹੜੇ ਦੋ ਦੋ ਫਰੇਮ ਹੈ ਉਹਨਾਂ ਦੇ ਵਿੱਚ ਉਹਨੇ ਸ਼ਹਿਦ ਹੀ ਪਾਉਣਾ। ਜੇ ਸਿੰਗਲ ਛੱਤਾ ਹੈ ਤਾਂ ਆਪਾਂ ਸਾਈਡ ਵਾਲੇ ਦੋ ਦੋ ਫਰੇਮ ਕੱਢ ਕੇ ਸ਼ਹਿਦ ਵਾਲੀ ਮਸ਼ੀਨ 'ਚ ਪਾ ਕੇ ਸ਼ਹਿਦ ਕੱਢ ਲੈਣਾ। ਜੇ ਡਬਲ ਛੱਤਾ, ਹੁਣ ਤੁਹਾਨੂੰ ਦੱਸ ਦਿੰਦੇ ਡਬਲ ਛੱਤਾ ਕਿੱਦਾਂ ਕਰਨਾ, ਇਹਦੇ ਉੱਪਰ ਦੂਸਰਾ ਡੱਬਾ ਰੱਖ ਦਿਉ, ਇਸ 'ਚ ਆਹ ਵਾਲਾ ਚੱਕ ਕੇ ਅਤੇ ਆਹ ਸਾਡਾ ਕੰਪਲੀਟ ਡੱਬਾ ਹੋ ਜਾਂਦਾ, ਠੀਕ ਹੈ। ਡਬਲ ਡੱਬਾ ਵਿਦ ਸੁਪਰ, ਥੱਲੇ ਨੋਰਮਲ ਡੱਬਾ, ਫਿਰ ਉੱਤੇ ਸੁਪਰ ਲਗਾਤਾ, ਡਬਲ ਡੱਬਾ, ਉੱਤੇ ਢੱਕਣ ਹੈਗਾ। ਆਹ ਹੁਣ ਫਰੇਮ ਦੇਖੋ, ਜਦੋਂ ਆਪਾਂ ਖਰੀਦਦੇ ਹਾਂ ਫਰੇਮ ਉਦੋਂ ਇੱਦਾਂ ਦਾ ਹੁੰਦਾ, ਤਾਰਾਂ ਲੱਗੀਆਂ ਹੁੰਦੀਆਂ, ਠੀਕ ਹੈ। ਪਹਿਲੇ ਤਾਰਾਂ ਲੱਗੀਆਂ ਹੁੰਦੀਆਂ, ਖਰੀਦਾਂਗੇ ਤਾਂ ਇੱਦਾਂ ਦਾ ਮਿਲੂਗਾ। ਫਿਰ ਵਿੱਚ ਆਪਾਂ ਕੋਮ ਫਾਊਂਡੇਸ਼ਨ ਸ਼ੀਟ ਲਾਉਣੀ ਹੈ। ਸ਼ੀਟ ਲਗਾ ਕੇ ਆਹ ਚੀਜ਼ ਬਣ ਗਈ ਸਾਡੀ, ਜਦੋਂ ਸ਼ੀਟ ਲਗਾ ਕੇ ਆਹ ਚੀਜ਼ ਬਣ ਗਈ ਫਿਰ ਆਪਾਂ ਡੱਬੇ 'ਚ ਪਾ ਕੇ ਮੱਖੀ ਨੂੰ ਦੇ ਦੇਣਾ। ਫਿਰ ਮੱਖੀ ਨੇ ਉੱਪਰ ਛੱਤਾ ਬਣਾ ਲੈਣਾ। ਆਹ ਦੇਖੋ ਆਹ ਛੱਤਾ ਬਣਿਆ ਹੋਇਆ, ਸੈੱਲ ਨਜ਼ਰ ਆ ਰਹੇ। ਇਹਦੇ ਵਿੱਚ ਰਾਣੀ ਮੱਖੀ ਨੇ ਅੰਡੇ ਪਾ ਦੇਣੇ ਹੈ, ਫਿਰ ਅੰਡਿਆਂ 'ਚੋਂ ਸੁੰਡੀਆਂ ਨਿਕਲਣੀਆਂ, ਫਿਰ ਪਿਊਪਾ ਬਣ ਜਾਣੇ ਹੈ, ਫਿਰ ਉਹਨਾਂ 'ਚੋਂ ਮੱਖੀ ਨਿਕਲਣੀ ਹੈ। ਆਹ ਉੱਪਰ ਵਾਲੇ ਹਿੱਸੇ 'ਚ ਜ਼ਿਆਦਾਤਰ ਮੱਖੀ ਸ਼ਹਿਦ ਪਾਉਂਦੀ ਹੈ, ਬਰੂਡ ਹੈ ਥੱਲੇ ਥੱਲੇ ਪਾਉਂਦੀ ਹੈ। ਜਿਹੜਾ ਨਖੱਟੂ ਦਾ ਬਰੂਡ ਹੋਊਗਾ, ਡਰੋਨ ਦਾ ਬਰੂਡ ਹੋਊਗਾ, ਹਮੇਸ਼ਾ ਕੋਰਨਰ 'ਚ ਹੋਊਗਾ, ਸਾਈਡਸ 'ਚ ਹੋਊਗਾ, ਠੀਕ ਹੈ। ਆਹ ਤੁਹਾਡੇ ਕੋਲ ਖੜ੍ਹੇ ਇਹਨਾਂ ਨੇ ਮੱਖੀਆਂ ਰੱਖੀਆਂ ਹੋਈਆਂ, ਤੁਸੀਂ ਦੱਸੋ ਕਿੱਥੇ ਕਿੱਥੇ ਹੁੰਦਾ। ਮੈਡਮ ਕੱਟ ਕੇ ਉੱਪਰ ਹੀ ਕੱਟ ਦੇਣਾ ਚਾਹੀਦਾ ਕਿ ਕੱਟ ਕੇ ਸੁੱਟ ਦੇਣਾ ਚਾਹੀਦਾ? ਨਹੀਂ, ਉੱਪਰ ਹੀ ਤੁਸੀਂ ਪ੍ਰੈਸ ਕਰ ਦਿਓ, ਉੱਥੇ ਡੈਮੇਜ ਹੋ ਜਾਂਦਾ। ਕਈ ਮਧੂਮੱਖੀ ਪਾਲਕੋ ਨੂੰ ਉਹਨੇ ਨੂੰ ਕੱਟ ਕੇ ਸੁੱਟ ਦਿੰਦੇ ਆ? ਨਹੀਂ, ਉਹ ਫਿਰ ਸਾਡਾ ਮੋਮ ਖਰਾਬ ਹੋ ਜਾਂਦਾ। ਤੁਸੀਂ ਉਹਨੂੰ ਉਂਗਲ ਨਾਲ ਹੀ ਭੰਨ ਦਿਓ ਤੇ ਬਰੂਡ ਖਰਾਬ ਹੋ ਗਿਆ, ਉਸ ਤੋਂ ਬਾਅਦ ਲੋੜ ਹੀ ਨਹੀਂ, ਉਸ ਤੋਂ ਨਖੱਟੂ ਨਿਕਲੂਗਾ ਹੀ। ਉਹਦਾ ਪੈਂਦੀ ਨਹੀਂ ਮਾਈਟ ਪੈਣ ਦਾ ਡਰ? ਨਹੀਂ ਹੁੰਦਾ ਮਾਈਟ ਪੈਣ ਦਾ ਡਰ ਨਹੀਂ ਹੁੰਦਾ। ਮੱਖੀ ਅਗਲੇ ਦਿਨ ਹੀ ਉਹ ਛੱਤਾ ਆਪ ਹੀ ਸਾਫ਼ ਕਰਕੇ ਨਵੇਂ ਸਿਰੋਂ ਬਣਾ ਕੇ ਉਸ 'ਚ ਦੁਬਾਰਾ ਆਂਡੇ ਪਾ ਦਿੰਦੇ। ਉਹਦੇ ਵਾਸਤੇ ਜ਼ਿਆਦਾ ਮਿਹਨਤ ਨਹੀਂ ਕਰਨੀ? ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ, ਕਿਉਂਕਿ 1 ਕਿਲੋ ਮੋਮ ਪੈਦਾ ਕਰਨ ਵਾਸਤੇ ਮੱਖੀ ਨੂੰ 8 ਕਿਲੋ ਸ਼ਹਿਦ ਖਾਣਾ ਪੈਂਦਾ। ਸੋ ਮੋਮ ਸਾਡਾ ਸ਼ਹਿਦ ਨਾਲੋਂ 8 ਗੁਣਾ ਜ਼ਿਆਦਾ ਮਹਿੰਗਾ। ਅਸੀਂ ਉਹ ਮੋਮ ਨਹੀਂ ਖਰਾਬ ਕਰਨਾ, ਉਹਦਾ ਅਸੀਂ ਉਹਨੂੰ ਮੋਮ ਪੂਰਾ ਦੇਣਾ। ਬਰੂਡ ਤੁਸੀਂ ਕੱਢ ਦਿਓ ਲੇਕਿਨ ਮੋਮ ਉਹਦਾ ਖਰਾਬ ਨਹੀਂ ਕਰਨਾ, ਕਿਉਂਕਿ ਮੱਖੀ ਦਾ ਫਿਰ ਕਿੰਨਾ ਜ਼ੋਰ ਉਹ ਛੱਤਾ ਬਣਾਉਣ 'ਚ ਲੱਗ ਜਾਣਾ ਹੈਗਾ। 1 ਕਿਲੋ ਮੋਮ ਪੈਦਾ ਕਰਨ ਲਈ ਮੱਖੀ ਨੂੰ 8 ਕਿਲੋ ਸ਼ਹਿਦ ਖਾਣਾ ਪੈਂਦਾ। ਸੋ ਮੋਮ ਛੱਤੇ ਦੇ ਵਿੱਚ ਸ਼ਹਿਦ ਨਾਲੋਂ ਜ਼ਿਆਦਾ ਇੰਪੋਰਟੈਂਟ ਹੈ, ਫਿਰ ਅਸੀਂ ਉਹਨੂੰ ਖਰਾਬ ਨਹੀਂ ਹੋਣ ਦਿੰਦੇ, ਠੀਕ ਹੈ। ਸੋ ਸਾਈਜ਼ ਹੁੰਦਾ ਉਹਦੇ, ਦੇਖੋ 6 ਕੋਨੇ ਹੋਣਗੇ, ਹੈਕਸਾਗੋਨ ਕਹਿੰਦੇ ਆਪਾਂ, ਹੈਕਸਾਗੋਨ ਹੈਗਾ। ਔਰ ਇਹ ਮੱਖੀ ਨੇ ਬਹੁਤ ਸੋਹਣਾ ਛੱਤਾ ਰੇਜ਼ ਕੀਤਾ, ਐਸੀ ਨਹੀਂ ਕੀਤਾ, ਮੱਖੀ ਨੇ ਆਪ ਰੇਜ਼ ਕੀਤਾ। ਦੇਖੋ ਟੈਕਨੀਕਲੀ ਕਿੰਨਾ ਵਧੀਆ ਛੱਤਾ ਹੈਗਾ, ਇੱਕ ਹਰ ਸੈੱਲ ਬਰਾਬਰ ਹੋਏਗਾ, ਕੋਈ ਘੱਟ ਨਹੀਂ, ਕੋਈ ਵੱਧ ਨਹੀਂ। ਜਿਹੜਾ ਰਾਣੀ ਦਾ ਸੈੱਲ ਹੈ ਉਹ ਸਭ ਤੋਂ ਵੱਡਾ ਹੋਏਗਾ, ਉਹ ਵੀ ਤੁਹਾਨੂੰ ਦਿਖਾ ਦਾਂਗੇ ਅਸੀਂ। ਆਹ ਸਾਰੇ ਕਾਮਾ ਮੱਖੀ ਦੇ ਸੈੱਲ ਹੈਗੇ ਆ, ਇਹਦੇ 'ਚੋਂ ਕਾਮਾ ਮੱਖੀ ਹੀ ਨਿਕਲੇਗੀ। ਜਿਹੜਾ ਨਖੱਟੂ ਦਾ ਸੈੱਲ ਹੈ ਕਾਮਾ ਮੱਖੀ ਵਾਲਾ ਹੁੰਦਾ, ਪਰ ਉਹਦੀ ਟੋਪੀ ਥੋੜ੍ਹੀ ਮਟਰ ਦੇ ਦਾਣੇ ਵਾਂਗੂ ਰੇਜ਼ਡ ਹੁੰਦੀ ਹੈ, ਠੀਕ ਹੈ। ਸੋ ਫਰੇਮ ਹੋ ਗਿਆ, ਇੱਕ ਫਰੇਮ, ਇੱਕ ਡੱਬੇ ਦੇ ਵਿੱਚ 10 ਫਰੇਮ। ਫਿਰ ਉਹਨੂੰ ਆਪਾਂ ਜਿਹੜਾ ਜਾਲੀ ਲਗਾ ਕੇ ਦੇਣੀ ਹੈ, ਜਾਲੀ ਦੇ ਉੱਪਰ ਆ ਛੱਤਾ ਤੁਹਾਡਾ ਇੱਦਾਂ ਰੇਜ਼ ਹੋ ਜਾਂਦਾ ਹੈਗਾ, ਠੀਕ ਹੈ।
ਸੋ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਡੱਬੇ ਦੇ ਕਿਹੜੇ ਕਿਹੜੇ ਹਿੱਸੇ ਬਣਾ ਲਓ, ਮਹਿੰਗਾ ਬਣਵਾਉਣਾ ਮਹਿੰਗਾ ਬਣਵਾ ਲਓ, ਉਹ ਤੁਹਾਡੀ ਮਰਜ਼ੀ ਹੈ। ਬਸ ਹੋਏਗੀ ਕਿ ਤੁਸੀਂ ਕੈਦ ਦੀ ਲੱਕੜੀ ਦਾ ਹੋਊਗਾ ਥੋੜ੍ਹਾ ਉਹਦੀ ਲਾਈਫ ਵੱਧ ਜਾਂਦੀ ਹੈ, ਜ਼ਿਆਦਾ ਦੇਰ ਚੱਲਦਾ ਹੈਗਾ, ਠੀਕ ਹੈ। ਸੋ ਇਹ 10 ਫਰੇਮ ਤੁਹਾਡੇ ਹੈਗੇ, ਉਹਦੇ ਉੱਪਰ ਫਿਰ ਆਪਾਂ ਢੱਕਣ ਲਗਾਉਂਦੇ ਹਾਂ। ਢੱਕਣ ਲਗਾਓ, ਢੱਕਣ ਲਗਾਉਣ ਤੋਂ ਪਹਿਲੇ ਤੇ ਇਨਰ ਕਵਰ ਹੁੰਦਾ, ਉਹ ਵੀ ਮੈਂ ਤੁਹਾਨੂੰ ਦਿਖਾਵਾਂਗੀ। ਇਹ 'ਚੋਂ 10 ਫਰੇਮ ਪੂਰੇ ਕਰੋ, 8 ਨਹੀਂ 2 ਹੋਰ ਲਗਾਓ, 10 ਫਰੇਮ ਬੋਟਮ ਬੋਰਡ, ਉੱਪਰ ਵਾਲਾ ਢੱਕਣ ਅਤੇ ਇੱਕ ਇਨਰ ਕਵਰ। ਆ ਚਾਰ ਚੀਜ਼ਾਂ ਨਾਲ ਤੁਹਾਡਾ ਇੱਕ ਡੱਬਾ ਤਿਆਰ ਹੋ ਜਾਂਦਾ। ਜੇ ਤੁਹਾਡੀ ਮੱਖੀ ਵਧੀਆ 10 ਫਰੇਮ 'ਤੇ ਹੈ ਤਾਂ ਉੱਪਰ ਤੁਸੀਂ ਡਬਲ ਵੀ ਕਰ ਸਕਦੇ ਹੋ, ਨਹੀਂ ਤਾਂ ਸਿੰਗਲ ਕਲੋਨੀ ਤੁਹਾਡੀ ਇੱਦਾਂ ਦੀ ਹੋਏਗੀ। ਸੋ ਡੱਬਾ ਦੇਖਣ ਦੇ ਵਿੱਚ ਤੁਹਾਡਾ ਇੱਦਾਂ ਦਾ ਹੋਏਗਾ। ਤੁਹਾਨੂੰ ਦੱਸਦਾ ਮੈਂ ਐਂਟਰੀ ਕਿੱਥੋਂ ਹੋ ਰਹੀ ਹੈ, ਅਤੇ ਜਿਹੜੀ ਉਡਾਰੀ ਭਰਨ ਵਾਸਤੇ ਬਾਹਰ ਜਿਹੜੀ ਫੱਟੀ ਲੱਗੀ ਹੈ ਜਿਹਨੂੰ ਆਪਾਂ ਲਾਈਟਿੰਗ ਬੋਰਡ ਕਹਿੰਦੇ ਹਾਂ, ਉੱਡਣ ਵਾਸਤੇ ਜਿਹੜੀ ਥਾਂ ਬਣੀ ਹੈ, ਮੱਖੀ ਪਹਿਲੇ ਉੱਥੇ ਆਉਂਦੀ ਹੈ, ਬਹਿੰਦੀ ਹੈ, ਫਿਰ ਅੰਦਰ ਜਾਂਦੀ ਹੈ, ਠੀਕ ਹੈ। ਅਤੇ ਜਦੋਂ ਬਾਹਰ ਨਿਕਲਣਾ ਪਹਿਲੇ ਉੱਥੇ ਬਾਹਰ ਆਏਗੀ, ਫਿਰ ਉੱਥੋਂ ਉਡਾਰੀ ਭਰੇਗੀ। ਸੋ ਉਹ ਲਾਈਟਿੰਗ ਬੋਰਡ ਕਹਿ ਲਓ ਤੁਸੀਂ, ਜਾਂ ਕਹਿ ਲਓ ਜਿਵੇਂ ਜਹਾਜ਼ਾਂ ਦਾ ਰਨਵੇ ਹੁੰਦਾ ਉਹ ਚੀਜ਼ ਹੈਗੀ ਹੈ, ਠੀਕ ਹੈ। ਸੋ ਮੱਖੀ ਉੱਦਾਂ ਬਹੁਤ ਸੋਹਣਾ ਆਪਣਾ ਕੰਮ ਜਿਹੜਾ ਹੈਗਾ ਚਲਾ ਸਕਦੀ ਹੈਗੀ ਹੈ। ਜਦੋਂ ਆਉਣ ਵਾਲੇ ਦਿਨਾਂ ਜ਼ਿਆਦਾ ਗਰਮੀ ਆ ਜਾਣੀ, ਉਦੋਂ ਇਹਦੀ ਸਾਂਭ ਸੰਭਾਲ ਕਿਵੇਂ ਚੱਲੇਗੀ? ਉਸ ਸੀਜ਼ਨ ਵਾਈਜ਼ ਤੁਹਾਨੂੰ 4 ਲੈਕਚਰ ਅਲੱਗ ਅਲੱਗ ਹੈਗੇ ਆ, ਗਰਮੀ 'ਚ ਸਾਂਭ ਸੰਭਾਲ, ਬਸੰਤ ਰੁੱਤ 'ਚ, ਅਤੇ ਫਿਰ ਬਰਸਾਤਾਂ 'ਚ, ਅਤੇ ਫਿਰ ਠੰਡ 'ਚ। ਉਹ 4 ਲੈਕਚਰ ਅਲੱਗ ਹੈ, ਉਹ ਪੂਰਾ ਕੁਛ ਨਹੀਂ ਹੁੰਦਾ, ਮੱਖੀਆਂ ਨੇ ਆਪੇ ਆਪਣਾ ਕੰਮ ਕਰਨਾ ਹੁੰਦਾ। ਗਰਮੀਆਂ 'ਚ ਡੱਬਾ ਖਸਕਾ ਕੇ ਤੁਸੀਂ ਛਾਵੇਂ ਕਰ ਦਿਓ, ਅਤੇ ਸਰਦੀਆਂ ਦੇ ਵਿੱਚ ਡੱਬਾ ਖਸਕਾ ਕੇ ਧੁੱਪੇ ਕਰ ਦਿਓ। ਥੋੜ੍ਹੀ ਜਿਹੀ ਹੈਲਪ ਆਪਾਂ ਕਰਨੀ ਹੁੰਦੀ ਹੈ, ਜ਼ਿਆਦਾ ਨਹੀਂ ਸਾਨੂੰ ਮੱਖੀ ਵਾਸਤੇ ਜ਼ਿਆਦਾ ਕੰਮ ਕਰਨਾ ਪੈਂਦਾ, ਬਸ ਸ਼ਹਿਦ ਕੱਢਣ ਵੇਲੇ ਡੱਬਾ ਖੋਲੀਦਾ, ਅਦਰਵਾਈਜ਼ ਜ਼ਿਆਦਾ ਇਹਦਾ ਕੰਮ ਸਾਨੂੰ ਨਹੀਂ ਕਰਨਾ ਪੈਂਦਾ, ਮੱਖੀ ਆਪਣਾ ਕੰਮ ਸਾਰਾ ਆਪ ਹੀ ਕਰ ਲੈਂਦੀ ਹੈਗੀ, ਠੀਕ ਹੈ। ਸੋ ਤੁਸੀਂ ਦੱਸੋ ਕੋਈ ਸੀਜ਼ਨਲ ਕੋਈ ਜ਼ਿਆਦਾ ਦੇਖਭਾਲ ਹੁੰਦੀ ਹੈ ਮੱਖੀਆਂ ਦੀ ਤਾਰਾਂ ਦੇ ਵਿੱਚੋਂ ਦੀ ਕੱਢਤਾ ਤਾਂ ਕਿ ਉਹ ਫਿਕਸ ਹੋ ਜਾਏ, ਅਤੇ ਫਿਰ ਮੱਖੀ ਨੂੰ ਬੇਸਿਕਲੀ ਜਦੋਂ ਤਾਰਾਂ ਦੇ ਵਿੱਚੋਂ ਆਪਾਂ ਕੱਢ ਕੇ ਫਿਕਸ ਕਰਕੇ ਦੇ ਦਿੰਦੇ ਹਾਂ, ਇਹਦੇ ਉੱਪਰ ਛੱਤਾ ਬਣਾਉਣਾ, ਉੱਪਰ ਦੋਨੋਂ ਪਾਸੇ ਰੇਜ਼ ਕਰਨਾ, ਉਹ ਮੱਖੀ ਦਾ ਕੰਮ ਹੈ, ਉਹਨੇ ਆਪੇ ਕਰ ਲੈਣਾ। ਸੋ ਦੇਖੋ ਤਾਰਾਂ ਦੇ ਵਿੱਚੋਂ ਕਿੱਦੋਂ ਕੱਢਿਆ ਹੋਇਆ, ਦੋਨੋਂ ਪਾਸੇ ਆਪਾਂ ਤਾਰਾਂ ਜਿਹੜੀਆਂ ਹੈਗੀਆਂ ਕੱਢ ਕੇ ਅਤੇ ਸ਼ੀਟ ਲਾਈ ਹੋਈ ਹੈ। ਸ਼ੀਟ ਲਾਉਣੀ ਜ਼ਰੂਰੀ ਹੈ ਜੀ? ਹਾਂਜੀ, ਸ਼ੀਟ ਲਾ ਦਿਓ, ਮੱਖੀ ਨੂੰ ਕੰਮ ਸੌਖਾ ਹੋ ਜਾਂਦਾ, ਨਹੀਂ ਤਾਂ ਆਪ ਵੀ ਉਹਨੇ ਛੱਤਾ ਬਣਾ ਲੈਂਦਾ, ਖਾਲੀ ਫਰੇਮ ਦੇ ਦਿਓ, ਪਰ ਉਹਨੂੰ ਥੋੜ੍ਹਾ ਟਾਈਮ ਲੱਗਦਾ। ਆਪਾਂ ਬੁਨਿਆਦੀ ਸ਼ੀਟਾਂ ਦੇ ਦਈਏ ਨਾ, 100% ਫੇਰ ਸਾਡਾ ਵਰਕਰ ਵੀ ਦਾ ਡਰੋਨ ਬਣਦਾ, ਨਹੀਂ ਤਾਂ ਆਪ ਸੀਟ ਕਿੱਥੋਂ ਮਿਲਦੀ ਹੈ? ਇਹ ਸ਼ੀਟ ਬਣੀ ਬਣਾਈ ਜੀ ਦੁਕਾਨ ਤੋਂ ਮਿਲਦੀ ਹੈ, ਜਿਹੜੇ ਮਧੂਮੱਖੀ ਪਾਲਣ ਕਰਦੇ ਆ ਨਾ, ਉਹਨਾਂ ਦੀ ਦੁਕਾਨਾਂ ਹੁੰਦੀਆਂ, ਉੱਥੋਂ ਬਣੀ ਬਣਾਈ ਸ਼ੀਟ ਮਿਲਦੀ ਹੈ। ਅੱਛਾ, ਇਹ ਵੀ ਤੇ ਉਹ ਵੀ? ਹਾਂਜੀ, ਸਾਰਾ ਕੁਝ ਬਣਿਆ ਬਣਾਇਆ ਤਿਆਰ ਮਿਲਦਾ ਤੁਹਾਨੂੰ। ਵੇਖਿਆ ਕਿ ਮਧੂਮੱਖੀ ਕਿਸ ਤਰ੍ਹਾਂ ਪਾਲਦੇ ਆ, ਉਸਨੂੰ ਉਹਦੇ ਵਾਸਤੇ ਕੋਈ ਐਡਾ ਵੱਡਾ ਜੇ ਕਹੀਏ ਤਾਂ ਬਹੁਤ ਵੱਡਾ ਕੋਈ ਉਪਰਾਲਾ ਨਹੀਂ ਗਾ, ਬਹੁਤ ਛੋਟੀ ਛੋਟੀ ਤਕਨੀਕਾਂ ਜਿਹੜੀਆਂ ਦੱਸੀਆਂ ਤੁਹਾਡੇ ਸਾਹਮਣੇ ਮੈਮ ਨੇ, ਔਰ ਉਹ ਤਕਨੀਕਾਂ ਸਿੱਖ ਕੇ ਔਰ ਬਹੁਤ 15 ਦਿਨਾਂ ਦਾ ਉਹਨਾਂ ਨੇ ਕੋਰਸ ਦੱਸਿਆ ਕਰਕੇ ਅਸੀਂ ਇੱਕ ਵਧੀਆ ਆਪਣਾ ਕਿੱਤਾ ਸ਼ੁਰੂ ਕਰ ਸਕਦੇ ਹਾਂ। ਵੀਰ ਜੀ, ਕਿਸ ਤਰ੍ਹਾਂ ਲੱਗਦਾ ਤੁਹਾਨੂੰ ਇਹ ਸਾਰੀ ਸਟੱਡੀ? ਬਹੁਤ ਵਧੀਆ ਲੱਗਦਾ ਜੀ, ਮੈਂ ਆਲਰੇਡੀ ਇਹ ਕੰਮ ਕਰਦਾ ਹਾਂ। ਅੱਛਾ, ਹਾਂਜੀ, ਤੇ ਮੈਂ ਅੱਜ ਫਿਰ ਦੁਬਾਰਾ ਟ੍ਰੇਨਿੰਗ ਲੈਣ ਵਾਸਤੇ ਕੋਈ ਨਵੀਂ ਜਾਣਕਾਰੀ ਮੈਨੂੰ? ਇਹ ਤੁਸੀਂ ਇੱਕ ਸਾਈਡ ਤੇ ਰੱਖਿਆ ਜਾਂ ਕੱਲਾ ਇਹੀ ਕੰਮ ਕਰਦੇ? ਨਹੀਂ ਜੀ, ਮੇਰੇ ਕੋਲ ਨਾਲ ਖੇਤੀਬਾੜੀ ਦਾ ਵੀ ਕੰਮ ਹੈ, ਨਾਲ ਕਰਿਆਨੇ ਦੀ ਦੁਕਾਨ ਆ, ਦੇ ਕੇ ਵੀ ਨਾਲ ਸਾਈਡ ਬਿਜ਼ਨਸ ਦੇ ਤੌਰ ਤੇ ਮੈਂ ਕੰਮ ਕਰਦਾ ਜੀ। ਤੇ ਬਾਹਰ ਜਾਣ ਨੂੰ ਦਿਲ ਨਹੀਂ ਕਰਦਾ? ਨਹੀਂ ਜੀ, ਮੈਂ ਇੱਥੇ ਸੈਟੀਸਫਾਈ ਹਾਂ ਜੀ। ਆਪਣੇ ਆਪ ਤੇ ਸੈਟੀਸਫਾਈ ਤੁਸੀਂ? ਬਿਲਕੁਲ ਸੈਟੀਸਫਾਈ ਹਾਂ। ਤੁਹਾਡਾ ਵਧੀਆ ਗੁਜ਼ਾਰਾ ਇਸ ਚੀਜ਼ ਹੁੰਦਾ? ਵਧੀਆ ਜੀ, ਬਹੁਤ ਵਧੀਆ ਗੁਜ਼ਾਰਾ ਹੁੰਦਾ ਜੀ। ਜਿਹੜਾ ਮੱਖੀ ਪਾਲਣ ਦਾ ਕੰਮ ਹੈ ਇਹ ਬਹੁਤ ਵਧੀਆ? ਬਹੁਤ ਵਧੀਆ ਜੀ, ਮੈਂ ਇਹ ਤੋਂ ਸੰਤੁਸ਼ਟ ਹਾਂ ਪੂਰਾ ਜੀ। ਮਿਹਰਬਾਨੀ। ਸੋ ਸਾਡੇ ਨਾਲ ਵੇਖੋ ਹੋਰ ਵੀਰ ਖੜੇ ਨੇ। ਹਾਂਜੀ ਸਿੰਘ ਜੀ, ਕਿੱਥੋਂ ਆਏ ਤੁਸੀਂ? ਮੈਂ ਅੰਮ੍ਰਿਤਸਰ ਤੋਂ ਹੀ ਹਾਂ ਜੀ। ਅੰਮ੍ਰਿਤਸਰ ਤੁਸੀਂ ਟ੍ਰੇਨਿੰਗ ਲੈ ਰਹੇ ਹੋ? ਹਾਂਜੀ। ਕਿੰਨੇ ਦਿਨ ਹੋ ਗਏ ਟ੍ਰੇਨਿੰਗ ਲੈਂਦੇ ਆ? ਅਜੇ ਪਹਿਲਾ ਹੀ ਦਿਨ ਹੈ ਜੀ। ਪਹਿਲਾ, ਮਤਲਬ ਕਿਡਾ ਇਹਨੂੰ ਸਮਝਦੇ ਹੋ ਕਿ ਔਖਾ ਨਹੀਂਗਾ ਸਿੱਖਣਾ? ਨਹੀਂ। ਕੋਈ ਡੀ ਮਤਲਬ ਬੜਾ ਕੇ ਸਰਟੀਫਿਕੇਟ ਲੈਣਾ ਆਪਣਾ ਐਡਾ ਵੱਡਾ ਤੇ ਨਹੀਂ? ਨਹੀਂ, ਇਹੋ ਜੀ ਕੋਈ ਦਿੱਕਤ ਨਹੀਂ ਆ? ਹੈ, ਚੰਗਾ ਲੱਗਦਾ ਤੁਹਾਨੂੰ ਇਹ ਕਰਨਾ? ਹਾਂਜੀ। ਤੇ ਇਹ ਤੁਹਾਡੇ ਮਨ 'ਚ ਕਿਤਨਾ ਆਇਆ ਕਿ ਆਪਾਂ ਇਹ ਕੰਮ ਸਿੱਖੀਏ? ਇੱਕ ਤਰੀਕਾ ਮੈਂ ਹੋਰ ਵਧੀਆ ਹੈ ਕਿ ਇਹਤੋਂ ਆਪਾਂ ਕੁਛ ਕਰ ਸਕਦੇ ਹਾਂ ਅੱਗੇ ਇੰਪਲੋਇਮੈਂਟ 'ਤੇ। ਤਾਂ ਜਿਸ ਤਰ੍ਹਾਂ ਮੁੰਡਿਆ ਬਾਹਰ ਬੂਹਰ ਜਾਣਾ ਜੇ ਚਾਹੁੰਦਾ ਇਸ ਤਰ੍ਹਾਂ ਉਹ ਦਿੱਲੀ ਕਰਦਾ? ਨਹੀਂ ਨਹੀਂ, ਤੁਹਾਨੂੰ ਆਪਣਾ ਮਿੱਟੀ ਚੰਗੀ ਲੱਗਦੀ ਇੱਥੇ? ਆਪਣੇ ਇੱਥੇ ਘਰਾਂ ਦੇ ਕੰਮ 'ਚ ਕੰਮ ਕਰ ਲਾਂਗੇ, ਥੋੜ੍ਹਾ ਕਰ ਲਾਂਗੇ ਉਹ ਠੀਕ ਆ, ਇੱਥੇ ਚੰਗਾ ਲੱਗਦਾ। ਹਾਂਜੀ, ਬਜ਼ੁਰਗ ਵੀ ਇਸ ਪੜ੍ਹਾਈ ਦੇ ਵਿੱਚ ਖੜ੍ਹੇ ਨੇ, ਔਰ ਮੈਂ ਬੜਾ ਖੁਸ਼ ਹਾਂ ਵੇਖ ਕੇ ਵੀ ਜੀ ਜਿਹੜੀ ਮੱਖੀਆਂ ਪਾਲਣ ਦੀ ਪੜ੍ਹਾਈ ਆ ਜੋ ਮੈਮ ਨੇ ਸਾਨੂੰ ਦੱਸਿਆ ਹੀ ਆ ਕਿ ਇਹਦੇ ਵਿੱਚ ਕੋਈ ਐਡੀ ਐਜੂਕੇਸ਼ਨ ਦੀ ਨਹੀਂ, ਇਹਦੇ ਵਿੱਚ ਇੱਕ ਪ੍ਰੈਕਟੀਕਲ ਵਰਕ ਹੈ ਜੋ ਸਾਨੂੰ ਕਰਾਉਂਦੇ ਹਾਂ, ਅਤੇ ਉਹ ਅਗਰ ਕੋਈ ਵੀ ਇਨਸਾਨ ਕਰ ਲਏ ਤਾਂ ਉਹ ਇਹ ਆਪਣਾ ਧੰਦਾ ਵਧੀਆ ਚਲਾ ਸਕਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿੱਦਾਂ ਲੱਗਾ ਤੁਹਾਨੂੰ ਇਹ ਸਾਰਾ ਇਹ ਮੱਖੀਆਂ ਪਾਲਣ ਦਾ? ਮੈਨੂੰ ਬਹੁਤ ਚੰਗਾ ਲੱਗਾ ਜੀ। ਤੁਹਾਡੇ ਦਿਮਾਗ 'ਚ ਕਿਸ ਤਰ੍ਹਾਂ ਇਹ ਗੱਲ ਆਈ?
ਮੇਰੇ ਦਿਮਾਗ 'ਚ ਇਸ ਤਰ੍ਹਾਂ ਆਈ ਜੀ ਕਿ ਮੇਰੇ ਪੋਤਰੇ ਪੜ੍ਹਦੇ ਸੀ, ਬੱਚਾ ਮੇਰਾ ਜਿਹੜਾ ਖੇਤੀਬਾੜੀ ਕਰਦਾ ਜੀ, ਉਹਦਾ ਟਾਈਮ ਨਹੀਂ ਸੀ ਜੀ, ਅਤੇ ਪੋਤਰੇ ਮੇਰੇ ਪੜ੍ਹਦੇ ਇੱਕ 10ਵੀਂ 'ਚ ਆ ਅਤੇ ਇੱਕ 12ਵੀਂ 'ਚ ਆ ਜੀ, ਅਤੇ ਉਹਨਾਂ ਦੇ ਵੀ ਹੁਣ ਪੇਪਰਾਂ ਦੇ ਟਾਈਮ ਸੀ, ਨਾਂ ਦਿੱਤਾ ਸੀ ਜੀ, ਅਤੇ ਫਿਰ ਉਹ ਮੇਰਾ ਪੋਤਰਾ ਵੱਡਾ ਮੈਨੂੰ ਕਹਿਣ ਲੱਗਾ ਵੀ ਬਾਪੂ ਜੀ ਤੁਸੀਂ ਸਿੱਖ ਆਓ ਕੰਮ। ਅੱਛਾ। ਅਤੇ ਮੈਂ ਪਹਿਲਾਂ ਵੀ ਮੈਨੂੰ ਸ਼ੌਂਕ ਬੜਾ ਮਤਲਬ ਡੰਗਰ ਡੁੰਗਰ ਪਾਲਣ ਦਾ, ਖੇਤੀਬਾੜੀ ਕਰਨ ਦਾ, ਔਰ ਇਹ ਵਧੀਆ ਕੰਮ ਨੇ, ਇਹ ਕੰਮ ਠੀਕ ਨੇ, ਵਧੀਆ ਇਨਸਾਨ ਨੂੰ ਵਧੀਆ ਰੋਜ਼ੀ ਰੋਟੀ ਦਿੰਦੇ ਆ, ਬਹੁਤ ਵਧੀਆ ਲੱਗਾ ਮੈਨੂੰ ਇਹ, ਕਿਉਂਕਿ ਇਹਦੀ ਕੋਈ ਖੇਚਲ ਨਹੀਂ ਓਡੀ, ਖੇਤਾਂ ਦੇ ਵਿੱਚ ਰੱਖ ਲੈਣਾ ਇਸ ਤਰ੍ਹਾਂ ਡੱਬੇ ਰੱਖ ਲੈਣੇ ਆ ਜੀ, ਅਤੇ ਆਪਾਂ ਫੁੱਲ ਫਲ ਬੀਜਾਂਗੇ ਜੀ, ਅਤੇ ਔਰ ਇਹ ਆਪਣੇ ਆਪ ਚੱਲਦਾ ਰਹਿਣਾ, ਮੱਖੀਆਂ ਨੇ ਆਪਣੀ ਵਿਧੀ ਆਪੇ ਕਰੀ ਜਾਣੀ ਆ, ਕੋਈ ਦਿੱਕਤ ਨਹੀਂ ਆ ਕਰਨ ਦੀ, ਨਹੀਂ ਜੀ ਕੋਈ ਦਿੱਕਤ ਨਹੀਂ, ਖੇਤਾਂ 'ਚ ਬੈਠੇ ਹਾਂ। ਧੰਨਵਾਦ ਜੀ। ਕਿਸਾਨ ਵੀਰੋ, ਤੁਸੀਂ ਵੇਖ ਰਹੇ ਜੇ ਕਿ ਇਹਦੇ ਵਿੱਚ ਵੇਖੋ, ਬਜ਼ੁਰਗ ਤੁਸੀਂ ਵੇਖੇ ਆ, ਯੰਗ ਮੁੰਡੇ ਵੇਖੇ ਆ, ਔਰ ਆ ਭੈਣ ਜੀ ਹੁਣੀ ਨੇ ਕਾਫੀ ਏਜ ਨੇ, ਨੀਅਰ ਅਬਾਊਟ 50 ਨੇ, ਉਹਨਾਂ ਨਾਲ ਗੱਲਬਾਤ ਕਰਦੇ ਨੇ। ਤੁਸੀਂ ਕਿਸ ਤਰ੍ਹਾਂ ਚਾਹਿਆ ਵੀ ਇਹ ਸਿੱਖੀਏ ਸਾਰਾ ਕੁਛ? ਇਹ ਇੱਕ ਆਪਣੇ ਮਨ ਦਾ ਸ਼ੌਂਕ ਵੀ ਹੁੰਦਾ ਜੀ, ਇੱਕ ਆਪਣੀ ਜਿਹੜੀ ਆ ਦੂਜਾ ਬਿਜ਼ਨਸ ਦੇ ਤੌਰ 'ਤੇ ਵੀ ਆ, ਵੀ ਆਪਣੇ ਘਰ ਦੇ ਵਿੱਚ ਕੋਈ ਨਾ ਕੋਈ ਹੋਰ ਬਿਜ਼ਨਸ ਦਾ ਕਾਰੋਬਾਰ ਹੋਵੇ ਜਿਹੜਾ ਚੰਗਾ। ਪਹਿਲਾਂ ਮੈਂ ਸੂਰਾਂ ਦਾ ਵੀ ਕੀਤਾ ਵਾ ਜੀ, ਇਸ ਤੋਂ ਬਾਅਦ ਮੇਰੇ ਮਨ 'ਚ ਆਇਆ ਵੀ ਮੈਂ ਮੱਖੀਆਂ ਦਾ ਵੀ ਕਰਾਂ ਜੀ, ਜੇ ਜਿੰਨੀ ਵੀ ਆਪਾਂ ਹਿੰਮਤ ਮਿਹਨਤ ਕਰਾਂਗੇ ਓਨਾ ਹੀ ਆਪਾਂ ਨੂੰ ਫਲ ਮਿਲੇਗਾ, ਜਾਂ ਵੀ ਜੇ ਅਸੀਂ ਮੱਖੀਆਂ ਨੂੰ ਪਾਲਦੇ ਹਾਂ ਕਰਦੇ ਹਾਂ ਤਾਂ ਇਹ ਵੀ ਸਾਨੂੰ ਕੁਛ ਦੇਵੇਗਾ। ਇਸੇ ਕਰਕੇ ਟ੍ਰੇਨਿੰਗ ਲੈਣ ਆਇਆ, ਟ੍ਰੇਨਿੰਗ ਤਾਂ ਲੈਣ ਕਰਕੇ ਆਇਆ ਕਿ ਸਾਨੂੰ ਇਹਦੀ ਨੌਲੇਜ ਹੋਵੇ ਵੀ ਇਹਨਾਂ ਨੂੰ ਕਿਸ ਤਰ੍ਹਾਂ ਪਾਲ ਸਕਦੇ ਹਾਂ, ਕਿਵੇਂ ਇਹਨਾਂ ਨੂੰ ਫੂਡ ਦੇ ਸਕਦੇ ਹਾਂ, ਕਿਸ ਤਰ੍ਹਾਂ ਇਹਨਾਂ ਦਾ ਸ਼ਹਿਦ ਜਿਹੜਾ ਉਹ ਪ੍ਰਾਪਤ ਕਰ ਸਕਦੇ ਹਾਂ। ਜਿਵੇਂ ਪਹਿਲਾਂ ਅਸੀਂ ਆਮ ਜਾਣਦੇ ਹਾਂ ਵੀ ਮੱਖੀਆਂ ਤੋਂ ਅਸੀਂ ਸ਼ਹਿਦ ਹੀ ਲੈਂਦੇ ਹਾਂ, ਪਰ ਮੈਡਮ ਕੋਲ ਆਣ ਕੇ ਸਾਨੂੰ ਪਤਾ ਲੱਗਾ ਵੀ ਇਹਨਾਂ ਕੋਲ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਸਾਡੇ ਫਾਇਦੇ ਵਾਸਤੇ ਮਿਲਦੀਆਂ। ਹਾਂਜੀ, ਤੁਸੀਂ ਕੋਈ ਕਹੋ ਵਿਚਾਰ ਦਿਓ, ਕਿਸ ਤਰ੍ਹਾਂ ਲੱਗਦਾ? ਦੇਖੋ ਜੀ, ਜਿਵੇਂ ਹਰੇਕ ਸੈਕਟਰ ਜਿਵੇਂ ਦੇਖੀਏ ਐਡਵਾਂਸਮੈਂਟ ਹੋ ਰਹੀ ਹੈ ਜੀ, ਓਕੇ, ਉਵੇਂ ਐਗਰੀਕਲਚਰ ਵਿੱਚ ਵੀ ਐਡਵਾਂਸਮੈਂਟ ਹੋ ਰਹੀ ਹੈ, ਪਰ ਗੱਲ ਇਹ ਆ ਅਦਾਰੇ ਐਗਰੀਕਲਚਰ ਦੇ ਸਿੱਖਣ ਵਾਲੇ ਬਹੁਤ ਨੇ, ਆਪਾਂ ਸਿੱਖਦੇ ਨਹੀਂ ਗੇ ਜੀ, ਸਾਡਾ ਯੂਥ ਦੇ ਹੋਣ ਦੇ ਨਾਲ ਸਾਡਾ ਫਰਜ਼ ਬਣਦਾ ਕਿ ਅਸੀਂ ਨਵਾਂ ਚੀਜ਼ਾਂ ਸਿੱਖੀਏ ਅਤੇ ਲੋਕਾਂ ਸਾਹਮਣੇ ਪ੍ਰੈਕਟੀਕਲ ਆਪ ਖੁਦ ਕਰਕੇ ਵਿਖਾਈਏ ਕਿ ਇਸ ਚੀਜ਼ ਤੋਂ ਆਪਾਂ ਵੱਧ ਤੋਂ ਵੱਧ ਫਾਇਦਾ ਲੈ ਸਕਦੇ ਹਾਂ। ਇਸ ਕਰਕੇ ਮੈਂ ਮੱਖੀ ਪਾਲਣ ਅੱਜ ਸਿੱਖਣਾ ਆਇਆ ਸੀ। ਆਈਲੈਟ ਕਰਨ ਨੂੰ ਦਿਲ ਨਹੀਂ ਕੀਤਾ? ਨਹੀਂ, ਆਈਲੈਟਸ ਕਰਨ ਨੂੰ ਬਿਲਕੁਲ ਦਿਲ ਨਹੀਂ ਕੀਤਾ ਜੀ, ਕਿਉਂਕਿ ਸਾਡਾ ਇੱਥੇ ਖੇਤੀਬਾੜੀ ਦਾ ਧੰਦਾ ਵਧੀਆ ਜੀ, ਉਹਨੂੰ ਐਡਵਾਂਸ ਲੈਵਲ ਦੇ ਲੈ ਕੇ ਆਪਾਂ ਵਧੀਆ ਫਾਇਦਾ ਖੱਟ ਸਕਦੇ ਹਾਂ ਜੀ। ਜਿੱਥੇ ਖੁੱਲ੍ਹੇ ਖਾਣੇ ਪੀਣੇ, ਜਿੱਥੇ ਖੁੱਲ੍ਹੇ ਨੇ ਰਿਵਾਜ, ਮੇਰਾ ਸੋਹਣਾ ਦੇਸ਼ ਪੰਜਾਬ, ਮੇਰਾ ਸੋਹਣਾ ਦੇਸ਼ ਪੰਜਾਬ। ਸੋ ਪੰਜਾਬੀਓ, ਕਿਸਾਨ ਵੀਰੋ, ਮਿਹਨਤੀ ਲੋਕੋ, ਵੇਖੋ ਇਹਨਾਂ ਦੀਆਂ ਗੱਲਾਂ ਬਾਤਾਂ ਕਿੰਨੀਆਂ ਸੋਹਣੀਆਂ ਲੱਗਦੀਆਂ, ਔਰ ਇਹਨਾਂ ਗੱਲਾਂ ਦੇ ਵਿੱਚ ਕਿੰਨੀ ਜਾਨ ਆ। ਉਹ ਲੋਕ ਜੋ ਆਪਣੀ ਧਰਤੀ ਨੂੰ ਪਿਆਰ ਕਰਦੇ ਆ, ਉਹ ਉਹਨਾਂ ਨੂੰ ਜੇ ਸਮਝੇ ਵੀ ਰਿਸਕ ਲੈ ਕੇ ਵੀ ਉਹ ਛੋਟੇ ਮੋਟੇ ਕੰਮ ਕਰਕੇ ਵੀ ਇੱਥੇ ਹੀ ਰਹਿਣਾ ਚਾਹੁੰਦੇ ਆ, ਨਾ ਕਿ ਦੂਜੇ ਦੇਸ਼ਾਂ ਦੇ ਵਿੱਚ ਜਾ ਕੇ ਲੇਬਰ ਕਰਨਾ ਚਾਹੁੰਦੇ ਆ। ਮੈਂ ਤੁਹਾਡੇ ਕੋਲ ਆਖਰੀ ਇੱਕ ਮੈਸੇਜ ਲਵਾਂਗੇ ਕਿ ਤੁਸੀਂ ਆਪਣੇ ਜੋ ਪੰਜਾਬ ਦਾ ਨੌਜਵਾਨ ਪੀੜ੍ਹੀ ਵੀ ਆ, ਜਾਂ ਦੂਸਰੇ ਜੋ ਨਾਲ ਇੱਕ ਸਾਈਡ ਬਿਜ਼ਨਸ ਕਰ ਸਕਦੇ ਆ, ਉਹਨਾਂ ਵਾਸਤੇ ਇੱਕ ਮੈਸੇਜ ਦਿਓ ਤੁਸੀਂ। ਮੇਰੀ ਸਾਰੇ ਪੰਜਾਬ ਦੇ ਵੀਰਾਂ ਵਾਸਤੇ ਅਤੇ ਆਪਣੇ ਯੂਥ ਵਾਸਤੇ ਖਾਸ ਕਰਕੇ ਇਹੀ ਸੰਦੇਸ਼ ਹੈਗਾ ਕਿ ਤੁਸੀਂ ਜ਼ਰੂਰ ਜਿਹੜਾ ਹੈਗਾ ਆਪਣੇ ਮਾਂ ਪਿਓ ਦਾ ਖੇਤੀ ਦੇ ਵਿੱਚ ਹੱਥ ਵਟਾਓ। ਆਪਾਂ ਖੇਤੀ ਦੇ ਕੰਮੋਂ ਹਟ ਗਏ ਹੈਗੇ ਹਾਂ, ਅਤੇ ਜਿੰਨੀ ਮਿਹਨਤ ਅਸੀਂ ਬਾਹਰ ਜਾ ਕੇ ਕਰਦੇ ਹਾਂ ਨਾ, ਉਹੀ ਮਿਹਨਤ ਅਸੀਂ ਆਪਣੇ ਸੋਹਣੇ ਪੰਜਾਬ 'ਚ ਕਰੀਏ, ਅਤੇ ਸਾਡੇ ਪੰਜਾਬ ਵਰਗਾ ਹੋਰ ਕੋਈ ਪ੍ਰਦੇਸ਼ ਹੋ ਹੀ ਨਹੀਂ ਸਕਦਾ ਹੈਗਾ। ਧੰਨਵਾਦ।